ਤਲਵਾਰ ਉਪਦੇਸ਼ ਪੇਸ਼ ਕਰਦੇ ਨੇ। ਸਾਰੀ ਗੁਰ ਸੰਗਤ ਰਸਨਾ ਨੂੰ ਪਵਿੱਤਰ ਕਰਿਓ, ਬੁਲੰਦ ਬਾਰਿਸ਼ ਫਤਿਹ ਦਾ ਨਾਰਾ ਆਪਾਂ ਬੁਲੰਦ ਕਰੀਏ, ਬਾਜਾ ਵਾਲੇ ਗੁਰੂ ਦੀ ਬਖਸ਼ੀ ਹੋਏ ਫਤਿਹ ਪ੍ਰਵਾਨ ਕਰਿਓ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਸ਼ਬਦ ਸੁਣਿਓ, ਫਿਰ ਅੱਗੇ ਜੋ ਵਿਚਾਰ ਹੋਊਗਾ ਤੁਹਾਡੇ ਪਾਵਨ ਚਰਨਾਂ ਵਿੱਚ ਕਹਿਣ ਦਾ ਯਤਨ ਕਰਾਂਗੇ, ਇਤਿਹਾਸ ਦੇ ਵਿਚਾਰ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ। ਇੱਕ ਸ਼ਬਦ ਕਿਉਂ ਜੀਵ ਜ਼ਿੰਦਗੀ ਹੈ ਮਰਦ ਯੋਧਿਆਂ ਦੀ, ਜਿਹੜੇ ਬੀਤੇ ਕਾਲ ਪੁਗਾ ਜਾਂਦੇ, ਲੋਕ ਪੂਜਦੇ ਹੀ ਉਹਨਾਂ ਪਰਵਾਨਿਆਂ ਨੂੰ, ਜਿਹੜੇ ਸ਼ਮਾ ਤੇ ਬਦਨ ਜਲਾ ਜਾਂਦੇ, ਉਹ ਕਰਨੀ ਪੈਂਦੀ ਆ ਕਦਰ ਫਰਿਸ਼ਤਿਆਂ ਨੂੰ, ਜਿਹੜੇ ਮਰਦ ਸ਼ਹਾਦਤਾਂ ਪਾ ਜਾਂਦੇ, ਅਸਲ ਜ਼ਿੰਦਗੀ ਹੈ ਸੰਤ ਸੂਰਮਿਆਂ ਦੀ, ਬੜੇ ਬਰਥੇ ਜਨਮ ਗੁਆ ਜਾਂਦੇ, ਬੜੇ ਬਰਥੇ ਜਨਮ ਗੁਆ ਜਾਂਦੇ। ਮਹਾਰਾਜ ਕਹਿੰਦੇ ਅਸਲ ਜ਼ਿੰਦਗੀ ਹੈ ਉਹਨਾਂ ਸੂਰਮਿਆਂ ਦੀ, ਉਹਤੇ ਜਨਮ ਲੈ ਕੇ ਧੱਕੇ ਸਾਲ ਚੰਦ ਲਓ। ਆਹੋ ਇਤਿਹਾਸ ਦੇ ਨਾਲ ਜੁੜਨ ਦਾ ਜਿਹੜਾ ਸੁਭਾਗ ਹੈ ਹੁਣ ਆਪਾਂ ਨੂੰ ਪ੍ਰਾਪਤ ਹੋਇਆ। ਮਹਾਰਾਜ ਨੇ ਬੜੇ ਸੁੰਦਰ ਬਚਨਾਂ ਨੇ ਕਿਹਾ, ਕਹਿੰਦੇ ਜਿਹੜਾ ਸਤਸੰਗ ਦਾ ਲਾਹਾ ਉਹ ਕਿਸੇ ਕਿਸੇ ਬਿਰਲੇ ਬੰਦੇ ਨੂੰ ਪ੍ਰਾਪਤ ਹੁੰਦਾ, ਇਹ ਨਹੀਂ ਮਿਲਦੀ। ਬਿਨ ਭਾਗਾ ਸਤਸੰਗ ਨਾ ਲੱਭੇ ਮਿਲ ਸੰਗਤ ਪੈਲ ਤ੍ਰੀਜੇ, ਬਿਨਾਂ ਭਾਗਾ ਤੁਹਾਨੂੰ ਮਿਲਦੀ। ਅਨੰਦਪੁਰ ਦੇ ਕਿਲੇ ਨੂੰ ਘੇਰਾ ਪੈਣ ਦਾ ਕੀ ਕਾਰਨ ਸੀ? ਮੁਗਲ ਫੌਜ ਨੇ ਗੁਰੂ ਸਾਹਿਬ ਨਾਲ ਟੱਕਰ ਕਿਹੜੀ ਗੱਲ ਤੋਂ ਲਾਈ ਸੀ? ਕੋਈ ਜ਼ਮੀਨ ਦਾ ਰੌਲਾ ਸੀ, ਕੋਈ ਜਾਇਦਾਦ ਦਾ ਰੌਲਾ ਸੀ? ਇਹ ਲੜਾਈ ਕਿੰਨੇ ਆ ਤੁਹਾਡੇ ਵਰਗੇ ਸਿੱਖ ਬੈਠੇ ਆ ਨਾ, ਇਹ ਤੁਹਾਡੇ ਕਰਕੇ ਟੱਕਰ ਲੱਗੇ ਸੀ, ਤੁਹਾਡੇ ਕਰਕੇ ਕਿਵੇਂ? ਮਹਾਰਾਜ ਇੱਕ ਸ਼ਬਦ ਹੈ, ਬਾਹੇ ਜਿਨ੍ਹਾਂ ਦੀ ਪਕੜੀਏ ਸਿਰ ਦੀਜੇ ਬਾਹ ਨਾ ਸੋਢੀਏ। ਗੁਰੂ ਤੇਗ ਬਹਾਦਰ ਬੋਲੇ, ਧਰ ਪਈਏ ਧਰਮ ਨਾ ਛੋਟੀਏ। ਇਹ ਸ਼ਬਦ ਹੈ, ਸ਼ਬਦ ਤੁਹਾਡੇ ਲੋਕਾਂ ਨੂੰ ਤਾਂ ਮੰਦਿਰਾਂ ਦੇ ਵਿੱਚ ਪੂਜਾ ਕਰਨ ਦਾ ਹੱਕ ਨਹੀਂ ਸੀ, ਸਤਿਗੁਰਾਂ ਨੇ ਦਵਾਇਆ। ਘੋੜੇ ਰੱਖਣ ਦੀ ਇਜਾਜ਼ਤ ਆਪਾਂ ਨੂੰ ਸੀ, ਸਤਿਗੁਰਾਂ ਨੇ ਦਵਾਈ। ਇੱਥੋਂ ਤੱਕ ਕਿ ਢੋਲਕੀ ਤੇ ਧੱਫਾ ਨਹੀਂ ਸੀ ਕੋਈ ਮਾਰ ਸਕਦਾ। ਮਹਾਰਾਜ ਨੇ ਰਣਜੀਤ ਨਗਾਰਾ ਮੜਿਆ, ਤੁਹਾਡੀ ਜਦੋਂ ਬਾਹ ਫੜਦੀ ਨਾ ਸਤਿਗੁਰਾਂ ਨੇ, ਜੇ ਚਾਹੁੰਦੇ ਸਤਿਗੁਰੂ ਮਾਇਆ ਲੈ ਲੈਂਦੇ, ਡੋਲ ਜਾਂਦੇ ਧਰਮ ਤੋਂ। ਅੱਜ ਜ਼ਮੀਨ ਜਾਇਦਾਦਾਂ ਹੁੰਦੀਆਂ, ਪਰ ਜ਼ਮੀਨ ਜਾਇਦਾਦਾਂ ਤਾਂ ਹੋਣੀਆਂ ਸੀ, ਆ ਸਤਸੰਗ ਤੇ ਮੇਲੇ ਨਹੀਂ ਸੀ ਹੋਣੇ, ਆ ਨਗਰ ਕੀਰਤਨ ਨਹੀਂ ਸੀ ਹੋਣੇ। ਇਹ ਸਤਿਗੁਰਾਂ ਦੀ ਮਹਾਨ ਕੁਰਬਾਨੀ ਹੈ, ਆਪਣੇ ਪਰਿਵਾਰ ਦਾ ਇੱਕ ਇੱਕ ਜੀ ਲੇਖੇ ਵਿੱਚ ਲਾ ਕੇ ਸਤਿਗੁਰਾਂ ਨੇ ਸਾਰਾ ਸਰਬੰਸ ਕੁਰਬਾਨ ਕਰਕੇ ਤੁਹਾਨੂੰ ਸਰਦਾਰੀਆਂ ਦਿੱਤੀਆਂ। ਕਵੀ ਕਹਿੰਦਾ ਹੈ, ਉਹ ਕਹਿੰਦਾ ਇਹ ਦੇਸ਼ ਦੇਸ਼ ਨਾ ਹੁੰਦਾ ਜੇ ਪਿਤਾ ਦਸ਼ਮੇਸ਼ ਨਾ ਹੁੰਦਾ, ਨਾ ਬਾਤ ਕਰੂ ਅਬ ਕੀ ਮੈਂ, ਨਾ ਬਾਤ ਕਰੂ ਤਬ ਕੀ ਕਰਨਾ ਹੋਤੇ, ਸਹਿਲ ਸ਼ਾਹ ਗੋਬਿੰਦ ਸਿੰਘ ਤੋਂ ਸੁਨਤ ਹੋਤੀ ਸਭ। ਅੱਜ ਸਿਰਾਂ ਤੇ ਦਸਤਾਰਾਂ ਨਹੀਂ ਸੀ ਹੋਣੀਆਂ, ਜਾਲੀ ਦੇ ਝੰਡੇ ਚੁੱਲਣੇ ਸੀ, ਚਾਰੇ ਪਾਸੇ ਅੱਲਾਹੂ ਅੱਲਾਹੂ ਦਾ ਆਵਾਜ਼ ਆਉਣਾ ਸੀ, ਆ ਖੁੱਲੇ ਸਤਸੰਗ ਨਹੀਂ ਸੀ ਹੋਣੇ ਤੁਹਾਡੇ ਵਰਗੇ ਸਿੱਖਾਂ ਦੇ। ਅੱਜ ਕੋਈ ਕਵੇ ਇਹ ਧਰਮ ਦਿੱਤਾ ਤਾਂ ਕੇਵਲ ਕਲਗੀ ਵਾਲੇ ਸੱਚੇ ਸਤਿਗੁਰਾਂ ਨੇ ਆਪਾਂ ਨੂੰ ਹੱਕ ਲੈ ਕੇ ਦਿੱਤੇ ਆ, ਸਾਰੇ ਮੱਥਾ ਲਾਇਆ ਜਾਦਵ ਸਰਕਾਰ ਦੇ ਨਾਲ, ਤਾਂ ਆਪਾਂ ਨੂੰ ਆਹ ਨਗਰ ਕੀਰਤਨ ਕਰਨ ਦਾ ਸੁਭਾਗ ਜਿਹੜਾ ਪ੍ਰਾਪਤ ਹੋਣ ਲੱਗਿਆ। ਨਾਲੇ ਇੱਕ ਬੇਨਤੀ ਹੋਰ ਆ, ਤੁਹਾਨੂੰ ਮਾਣ ਪ੍ਰਾਪਤ ਹੋਣਾ ਚਾਹੀਦਾ,
ਤੁਸੀਂ ਸਭ ਤੋਂ ਵੱਡੇ ਧਰਮ ਦੇ ਬੰਦੇ ਅਖਵਾਉਣੇ, ਸਭ ਤੋਂ ਵੱਡੇ ਧਰਮ ਦੇ। ਗੁਰਬਾਣੀ ਦਾ ਫਰਮਾਨ ਹੈ, ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਭ ਗੁਰੂ ਨਾਨਕ ਜਿਨ ਕਲ ਰਾਖੀ ਮੇਰੀ, ਸਭ ਤੇ ਵੱਡੇ ਗੁਰੂ ਨਾਨਕ ਕਿਵੇਂ ਹੈ? ਇਹ ਸਵਾਲ ਖੜਾ ਹੋ ਜਾਂਦਾ ਹੈ ਵੀ ਸਭ ਤੇ ਵੱਡੇ ਗੁਰੂ ਨਾਨਕ ਨੂੰ ਕਿਵੇਂ ਕਹਿ ਰਹੇ ਹੋ? ਜੇ ਆਪਾਂ ਕੁਰਾਨ ਦੀ ਗੱਲ ਕਰੀਏ ਨਾ, ਉਹਨਾਂ ਦੇ ਰਸੂਲ ਹੋਏ ਨੇ ਮੁਹੰਮਦ ਸਾਹਿਬ, ਉਹ ਇੱਕ ਸ਼ਬਦ ਪੜ੍ਹਦੇ ਕਹਿੰਦੇ ਇਲਾ ਇਲਾ ਇਲੇ ਇਲਾ ਮੁਹੰਮਦ ਰਸੂਲ ਅੱਲਾ। ਜਿਹੜੇ ਮੁਹੰਮਦ ਸਾਹਿਬ ਹੈ ਨਾ, ਉਹ ਅੱਲਾ ਦੇ ਰਸੂਲ ਮੰਨੇ ਗਏ ਆ ਪਿਆਰਿਓ, ਪਰ ਉਹਨੂੰ ਅੱਲਾ ਨਹੀਂ ਮੰਨਿਆ ਗਿਆ। ਮੇਰੀ ਬੇਨਤੀ, ਹਜ਼ਰਤ ਈਸਾ ਪੈਗੰਬਰ ਜੀ ਹੋਏ, ਬਾਈਬਲ ਦਾ ਇੱਕ ਅਰਥ, ਇੱਕ ਪੰਨਾ, ਇੱਕ ਸ਼ਬਦ ਵੀ ਇਹ ਗੱਲ ਸਿੱਧ ਨਹੀਂ ਕਰਦਾ ਵੀ ਜਿਹੜੇ ਹਜ਼ਰਤ ਈਸਾ ਪੈਗੰਬਰ ਜੀ ਹੋਏ ਨੇ ਉਹ ਸਭ ਤੋਂ ਵੱਡੇ ਨੇ ਪਿਆਰਿਓ। ਫਿਰ ਗੀਤਾ ਦੇ ਵਿੱਚ ਇੱਕ ਸ਼ਬਦ ਇਹ ਸਿੱਧ ਨਹੀਂ ਕਰਦਾ ਵੀ ਕ੍ਰਿਸ਼ਨ ਭਗਵਾਨ ਸਭ ਤੋਂ ਵੱਡੇ ਨੇ। ਰਾਮਾਇਣ ਨੂੰ ਪੜ੍ਹ ਲਓ, ਰਾਮਾਇਣ ਦੇ ਵਿੱਚ ਇੱਕ ਪੰਕਤੀ ਇਹ ਸਿੱਧ ਨਹੀਂ ਕਰਦੀ ਵੀ ਰਾਮ ਭਗਵਾਨ ਸਭ ਤੋਂ ਵੱਡੇ ਨੇ। ਤੇ ਕਦੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੋਗੇ ਉਹ ਮੋਹਰ ਲਾਉਂਦਾ ਹੈ ਗੱਲ ਤੇ ਵੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਸਭ ਤੇ ਵੱਡਾ। ਲਓ ਮੇਰੀ ਬੇਨਤੀ, ਮਹਾਰਾਜ ਦਾ ਇਤਿਹਾਸ ਚੱਲ ਰਿਹਾ ਸੀ ਸੁਬਾ ਤੋਂ ਲੈ ਕੇ ਤੁਹਾਡੇ ਪਾਵਨ ਪਵਿੱਤਰ ਚਰਨਾਂ 'ਚ, ਇੱਥੇ ਟਿਕਾਓ ਬਣਿਆ। ਇੱਕ ਪਾਸੇ ਤਾਂ ਚਮਕਾਓ ਸਾਹਿਬ ਦੀ ਧਰਤੀ ਤੇ ਜੰਗ ਹੋ ਰਿਹਾ, ਪਰ ਦੂਜੇ ਪਾਸੇ ਗੌਰ ਕਰਿਓ, ਆਪਣੇ ਹਿਰਦੇ ਨੂੰ ਉਹ ਥਾਂ ਤੇ ਲੈ ਕੇ ਚੱਲਿਓ ਜਿੱਥੇ ਸਰਸਾ ਦਾ ਕਿਨਾਰਾ, ਸੱਚੇ ਸਤਿਗੁਰਾਂ ਦਾ ਪਰਿਵਾਰ ਖੇਰੂ ਖੇਰੂ ਹੋ ਤੁਰਿਆ। ਮਹਾਰਾਜ ਦੇ ਨਿੱਕੇ ਫਰਜੰਦ ਬਾਬਾ ਜੋਰਾਵਰ ਸਾਹਿਬ ਤੇ ਬਾਬਾ ਫਤਿਹ ਸਾਹਿਬ ਜੀ, ਵੱਡੀ ਦਾਦੀ ਮਾਤਾ ਗੁਜਰੀ ਜੀ, ਸਰਸਾ ਦੇ ਕਿਨਾਰੇ ਤੇ ਵਿਖਰ ਗਿਆ ਪਰਿਵਾਰ, ਖੇਰੂ ਖੇਰੂ ਹੋ ਕੇ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਇੱਕ ਇੱਕ ਗੱਲ ਇੱਥੇ ਹੋਰ ਮੈਂ ਵਿਚਾਰ ਕਰਨੀ ਹੈ, ਮਹਾਰਾਜ ਦਾ ਪਰਿਵਾਰ ਤਿੰਨ ਹਿੱਸਿਆਂ 'ਚ ਵੰਡਿਆ ਗਿਆ। ਕਵੀ ਕਹਿੰਦਾ ਕਹਿੰਦਾ ਜਿਹੜਾ ਭਾਈ ਮਹਿਣ ਸਿੰਘ ਸੀ ਉਹ ਸਤਿਗੁਰਾਂ ਦੇ ਪਰਿਵਾਰ ਨੂੰ ਲੈ ਕੇ ਦਿੱਲੀ ਚਲਿਆ ਗਿਆ। ਇੱਕ ਗੱਲ ਦਾ ਖਿਆਲ ਕਰਿਓ, ਦਿੱਲੀ ਕਿਉਂ ਗਿਆ ਮਹਾਰਾਜ ਦਾ ਪਰਿਵਾਰ, ਭਾਈ ਮਹਿਣ ਸਿੰਘ ਲੈ ਕੇ ਕਿਉਂ ਗਿਆ ਦਿੱਲੀ? ਦਾ ਚੱਪਾ ਚੱਪਾ ਬਾਜਾ ਬਾਰੇ ਗੁਰੂ ਦਾ ਮੇਰੀ ਸੀ, ਚੱਪਾ ਚੱਪਾ ਗੁਰੂ ਦੀ ਭਾਲ ਵਿੱਚ ਸੀ, ਫਿਰ ਵੀ ਦਿੱਲੀ ਨੂੰ ਗਏ ਆ। ਕਿਉਂ ਗਏ ਆ? ਦਿੱਲੀ ਦੇ ਚੱਪੇ ਚੱਪੇ ਤੇ ਪੁਲਿਸ ਦਾ ਪਹਿਰਾ ਸੀ, ਜਿਹੜੇ ਕਹਿੰਦੇ ਸੀ ਬਾਜਾ ਵਾਲੇ ਗੁਰੂ ਦਾ ਜੇ ਬੱਚਾ ਮਿਲ ਜੇ, ਉਹਦੇ ਪਰਿਵਾਰ ਦਾ ਇੱਕ ਵੀ ਜੀ ਮਿਲ ਜੇ, ਉਹਦਾ ਸਿੱਧ ਵੀ ਮਿਲ ਜੇ, ਉਹਨੂੰ ਵੀ ਕੁੱਲੂ ਥੋੜੂ ਲਗਾ ਦਿਓ। ਪਰ ਸਤਿਗੁਰਾਂ ਦਾ ਪਰਿਵਾਰ ਦਿੱਲੀ ਗਿਆ, ਕਿਉਂ ਗਿਆ ਬਾਈ? ਜਿਹੜੇ ਭਾਈ ਮਨੀ ਸਿੰਘ ਹੋਇਆ ਨਾ, ਇਹ ਮਹਿੰਗੀ ਗੱਲ ਹੈ, ਤੁਹਾਡੇ ਪਾਵਨ ਪਵਿੱਤਰ ਚਰਨਾਂ 'ਚ ਮੈਂ ਬੇਨਤੀ ਕਰਨ ਲੱਗਿਆ। ਭਾਈ ਮਨੀ ਸਿੰਘ ਤੇ ਜਿਹੜਾ ਲੱਖੀ ਸ਼ਾਹ ਬਣਜਾਰਾ ਹੋਇਆ, ਲੱਖੀ ਸ਼ਾਹ ਬਣਜਾਰਾ 1000 ਗੱਡਾ, ਬਹੁਤ ਜਿਵੇਂ ਕਹਿ ਰਹੀ ਅੱਜ ਦਾ ਕੋਈ ਠੇਕੇਦਾਰ ਹੋਵੇ ਵੱਡਾ, ਕਿਸੇ ਦੀ ਟਰਾਂਸਪੋਰਟ ਚੱਲਦੀ ਹੋਵੇ, ਉਹਨਾਂ ਸਮਿਆਂ 'ਚ ਭਾਈ ਲੱਖੀ ਸ਼ਾਹ ਬਣਜਾਰੇ ਦਾ 1000 ਗੱਡਾ ਚੱਲਦਾ। ਉਹਦੀ ਬੱਚੀ ਸੀ ਬੀਬੀ ਸੀਤੋ ਬਾਈ, ਸੀਤੋ ਬਾਈ ਨੇ ਅੰਮ੍ਰਿਤ ਛਕਿਆ, ਉਹਦਾ ਨਾਮ ਰੱਖਿਆ ਬਸੰਤ ਕੌਰ। ਉਹ ਬਸੰਤ ਕੌਰ ਵਿਆਹੀ ਸੀ ਭਾਈ ਮਨੀ ਸਿੰਘ ਨੂੰ, ਭਾਈ ਮਨੀ ਸਿੰਘ ਨੂੰ ਵਿਆਹੀ ਸੀ, ਤੇ ਭਾਈ ਮਨੀ ਸਿੰਘ ਨੂੰ ਇਹ ਗੱਲ ਦਾ ਪਤਾ ਸੀ ਵੀ ਦਿੱਲੀ ਦੇ ਵਿੱਚ ਮੇਰੇ ਸਹੁਰੇ ਦਾ ਕਾਰੋਬਾਰ ਚੱਲਦਾ ਲੱਖੀ ਸ਼ਾਹ ਬਣਜਾਰੇ ਦਾ, ਲੱਖੀ ਸ਼ਾਹ ਬਣਜਾਰਾ ਸਹੁਰਾ ਲੱਗਦਾ ਸੀ ਭਾਈ ਮਨੀ ਸਿੰਘ ਦਾ, ਵੀ ਮੇਰੇ ਸਹੁਰੇ ਪਰਿਵਾਰ ਦੀ ਤਲਾਸੀ ਨਹੀਂ ਹੋ ਸਕਦੀ ਉਹਦੇ ਤੇ, ਜਿਹੜੇ ਮੁਸਲਮਾਨ ਲੋਕ ਨੇ ਇਤਬਾਰ ਕਰਦੇ ਨੇ, ਵਪਾਰ ਕਰਦੇ ਨੇ, ਧੰਦਾ ਉਹਦੇ ਨਾਲ ਕਰਦੇ ਨੇ, ਉਹਨਾਂ ਦਾ ਜਾਣੀ ਆਉਣੀ ਲੱਗੇ ਰਹਿੰਦੇ, ਦਿੱਲੀ ਦੇ ਚੱਪੇ ਚੱਪੇ ਦੀ ਤਲਾਸੀ ਹੋ ਸਕਦੀ ਹੈ। ਜੇ ਗੁਰੂ ਦਾ ਪਰਿਵਾਰ ਸੁਰੱਖਿਅਤ ਰਹਿ ਸਕਦਾ ਤਾਂ ਮੇਰੇ ਸਹੁਰੇ ਘਰੇ ਰਹਿ ਸਕਦਾ, ਕਹਿੰਦੇ ਸਤਨਾਮ ਸ਼੍ਰੀ ਵਾਹਿਗੁਰੂ। ਇਹ ਮਹਾਨ ਕੁਰਬਾਨੀ ਹੈ ਭਾਈ ਮਨੀ ਸਿੰਘ ਦੀ। ਮੈਂ ਬੇਨਤੀ ਕਰਦਾ ਸੀ ਸੱਚੇ ਸਤਿਗੁਰਾਂ ਮਹਾਰਾਜ ਦੇ ਨਿੱਕੇ ਨਿੱਕੇ ਬੱਚੇ, ਬੁੱਢੀ ਦਾਦੀ ਮਾਤਾ ਗੁਜਰ ਕੌਰ ਜੀ ਚੱਲੇ ਜਾ ਰਹੇ,
ਅੱਗੇ ਗੁਰੂ ਮਿਲਿਆ 21 ਸਾਲ ਗੁਰੂ ਘਰ ਦਾ ਜਿਹਨੇ ਨਮਕ ਖਾਧਾ, 21 ਸਾਲ ਗੁਰੂ ਘਰ ਦਾ ਰਸੋਈਆ ਰਹਿ ਕੇ ਗੰਗੂ ਨੇ ਜਦੋਂ ਮਾਤਾ ਨੂੰ ਵੇਖਿਆ, ਸਤਿਗੁਰੂ ਸੱਚੇ ਪਾਤਸ਼ਾਹ ਮਾਰੇ ਦੇ ਨਾਲ ਵੇਖੇ ਨੇ, ਮਾਂ ਅਤੀ ਰਾਤਾ ਵਖਤ ਕਿੱਧਰ ਆਉਂਦੇ ਹੋਏ, ਵੇ ਗੰਗੂ ਆ ਸਾਡਾ ਪਰਿਵਾਰ ਵਿਛੋੜਾ ਪੈ ਗਿਆ, ਵੱਡੇ ਸਾਹਿਬਜ਼ਾਦੇ ਚਲੇ ਗਏ, ਮੇਰੀਆਂ ਦੋ ਨੂੰਹਾਂ ਨਜ਼ਰ ਨਹੀਂ ਆਉਂਦੀਆਂ, ਪਰਿਵਾਰ ਖੇਰੂ ਖੇਰੂ ਹੋ ਗਿਆ, ਸਰਸਾ ਤੇ ਕੁਝ ਸਿੰਘ ਬਹਾ ਕੇ ਲੈ ਗਿਆ, ਕੁਝ ਭਾਰ ਲੰਘ ਗਏ, ਪਰ ਸਾਡਾ ਜਿਹੜਾ ਵਿਛੋੜਾ ਪਰਿਵਾਰ ਦੇ ਨਾਲੋਂ ਪੈ ਗਿਆ, ਮਾਂ ਹੁਣ ਐਂ ਕਰੋ ਹਨੇਰੀ ਰਾਤ ਹੈ, ਚੱਪੇ ਚੱਪੇ ਤੇ ਤੁਹਾਡਾ ਕਦਮ ਕਦਮ ਨਾਪ ਦਾ ਵੈਰੀ ਤੁਰਿਆ ਆਉਂਦਾ ਹੋਊਗਾ, ਕਿਰਪਾ ਕਰੋ ਚੱਲੋ ਮੇਰੇ ਘਰ ਆਪਣੇ ਘਰ ਲੈ ਆਇਆ, ਮੈਂ ਗੱਲ ਨੇੜੇ ਲਿਆਵਾਂ, ਸਮਾਂ ਬਹੁਤ ਜ਼ਿਆਦਾ ਸੀਮਤ ਹੈ। ਜਦੋਂ ਘਰ ਲਿਆਇਆ, ਜਿਹੜੀ ਮਾਤਾ ਕੋਲੇ ਮੋਹਰਾਂ ਦੀ ਥੈਲੀ ਸੀ ਨਾ, ਮੋਹਰਾਂ ਦੀ ਥੈਲੀ, ਬੇਈਮਾਨ ਹੋ ਗਿਆ ਗੰਗੂ, ਬੇਈਮਾਨ 21 ਸਾਲ ਗੁਰੂ ਘਰ ਦਾ ਨਮਕ ਖਾ ਕੇ ਗੰਗੂ ਨੇ ਬੇਈਮਾਨਾ ਕੀਤਾ। ਉਹਦੀ ਮਾਂ ਸੀ ਸੋਭੀ, ਮਾਤਾ ਨੂੰ ਕਹਿੰਦਾ ਮਾਤਾ ਲੈ ਬਹੁਤ ਹੋ ਗਈ ਸੇਵਾ, ਬਹੁਤ ਹੋ ਗਈ ਭਗਤੀ, ਜਿਹੜੀ ਮਾਤਾ ਗੁਜਰੀ ਹੈ ਨਾ ਇਹਦੇ ਕੋਲੇ ਮੋਹਰਾਂ ਦੀ ਖੁਰਜੀ ਹੈ, ਥੈਲੀ ਹੈ, ਮੈਂ ਲਿਆਵਾਂ ਜ਼ਹਿਰ, ਤੂੰ ਇਹਨਾਂ ਨੂੰ ਖਾਣੇ ਚ ਮਿਲਾ ਕੇ ਜ਼ਹਿਰ ਦੇ ਦੇ, ਰਾਤ ਨੂੰ ਮਾਰ ਦੇ, ਇਹਦੀ ਮਾਇਆ ਆਪਾਂ ਲੁੱਟ ਲੈਂਦੇ ਹਾਂ। ਮਾਂ ਨੇ ਤਾ ਮਾਰੀ, ਹਿਰਦੇ ਚੋਂ ਬਰਾਕ ਦੀਆਂ ਛੱਲਾਂ ਚੱਲ ਪਈਆਂ, ਵੇ ਗੰਗੂਆ ਤੈਨੂੰ ਇੱਥੇ ਤਾਂ ਮਾਫ ਕਿਸੇ ਨੇ ਕਰਨਾ, ਉਹ ਰੱਬ ਨੇ ਵੀ ਤੈਨੂੰ ਮਾਫ ਨਹੀਂ ਕਰਨਾ, ਕਿਉਂ ਵੇ 21 ਸਾਲ ਗੁਰੂ ਘਰ ਦਾ ਨਮਕ ਖਾ ਕੇ ਅੱਜ ਉਹਨਾਂ ਬੱਚਿਆਂ ਤੇ ਕਹਿਰ ਵਿਚਾਰ ਨਹੀਂ ਕੀਤਾ। ਮਾਂ ਨੇ ਤਰਕਾਰਾਂ ਪਾਈਆਂ, ਜਿਹੜੇ ਦਿਨ ਤੇਰਾ ਜਨਮ ਹੁੰਦਾ ਮੈਂ ਤੈਨੂੰ ਭੁੱਖ ਚ ਕਿਉਂ ਨਾ ਕਤਲ ਕਰ ਦਿੰਦੀ, ਜੇ ਮੈਨੂੰ ਪਤਾ ਹੁੰਦਾ ਵੀ ਤੇਰੇ ਹਿਰਦੇ ਚ ਆ ਬੱਚਿਆਂ ਵਾਸਤੇ ਭੋਰਾ ਵੀ ਜਗ੍ਹਾ ਨਹੀਂ ਹੈ ਪਿਆਰ ਦੀ, ਤੂੰ ਇਹਨਾਂ ਨੂੰ ਮਾਰਨ ਦੀਆਂ ਗੱਲਾਂ ਕਰਨ ਲੱਗ ਪਿਆ। ਮਾਂ ਨੇ ਤਰਕਾਰਾਂ ਪਾਈਆਂ, ਫਿੱਟ ਲਾਣਤਾਂ ਦਿੱਤੀਆਂ, ਗੰਗੂਆ ਮੇਰੇ ਮੱਥੇ ਨਾਲ ਲੱਗੀ ਦੂਰ ਚਲਿਆ ਗਿਆ, ਰਾਤ ਪਈ ਹੈ, ਰਾਤ ਨੂੰ ਮਾਤਾ ਨੇ ਮੋਹਰਾਂ ਦੀ ਥੈਲੀ ਚੋਰੀ ਕਰ ਲਈ, ਨਾਲੇ ਚੋਰੀ ਕੀਤੀ, ਨਾਲੇ ਚੋਰ ਚੋਰ ਕਹਿ ਕੇ ਰਵਾਂ ਪਾਉਣ ਲੱਗਿਆ। ਜਦੋਂ ਚੋਰ ਚੋਰ ਦੀ ਆਵਾਜ਼ ਆਈ, ਹੁਣ ਧੰਨ ਸੀ ਮਾਤਾ ਗੁਜਰ ਕੌਰ ਜੀ ਦੀ ਭਗਤੀ, ਜੇ ਮੈਂ ਤੁਹਾਨੂੰ ਕਹਿ ਦਿਆਂ ਨਾ ਭਗਤੀ ਮਾਤਾ ਗੁਜਰੀ ਦੀ, 22 ਸਾਲ ਦੀ ਭਗਤੀ, 22 ਸਾਲ ਆਪਣੇ ਪਤੀ ਦਾ ਮੂੰਹ ਨਾ ਵੇਖਣਾ, ਇਹ ਸਭ ਤੋਂ ਵੱਡੀ ਭਗਤੀ ਸੀ ਮਾਤਾ ਗੁਜਰ ਕੌਰ ਦੀ। 22 ਸਾਲ ਆਪਣੇ ਪਤੀ ਗੁਰੂ ਤੇਗ ਬਹਾਦਰ ਸੱਚੇ ਸਤਿਗੁਰਾਂ ਦਾ ਚਿਹਰਾ ਨਹੀਂ ਸੀ ਕਦੀ ਵੇਖਿਆ, ਜਦੋਂ ਮਹਾਰਾਜ ਬਾਬੇ ਬਕਾਲੇ ਤੇ ਭਗਤੀ ਕਰਦੇ ਸੀ। ਧੰਨ ਸੀ ਮਾਤਾ ਗੁਜਰ ਕੌਰ, ਨਾਲੇ ਇੱਕ ਗੱਲ ਦਾ ਖਿਆਲ ਕਰਿਓ, ਉਹ ਜਿਹੜੀ ਮਾਂ ਦਾ ਸਭ ਕੁਝ ਹੀ ਉਜੜ ਗਿਆ ਹੋਵੇ ਉਹਨੂੰ ਨੀਂਦ ਕਿਵੇਂ ਆ ਸਕਦੀ ਹੈ, ਜਿਹੜੀ ਮਾਂ ਦਾ ਪਰਿਵਾਰ ਆਪਣੇ ਨਾਲੋਂ ਵੱਖ ਹੋ ਗਿਆ ਹੋਵੇ, ਪੁੱਤ ਕਿਤੇ ਹੋਰ ਚਲੇ ਗਿਆ ਹੋਵੇ, ਪੋਤੇ ਕਿਤੇ ਹੋਰ ਚਲੇ ਗਏ ਹੋਣ, ਉਹ ਨਿੱਕੀਆਂ ਨਿੱਕੀਆਂ ਜਿੰਦਾਂ ਨੂੰ ਪੈ ਕੇ ਕਿਹੜੇ ਰਸਤਿਆਂ ਤੇ ਆ ਕੇ ਮਾਂ ਨੂੰ ਨੀਂਦ ਆ ਸਕਦੀ ਹੈ, ਕਦੇ ਨਹੀਂ ਆ ਸਕਦੀ। ਕਰਨੂ ਨੂੰ ਲੱਗਿਆ ਮਾਤਾ ਸੁੱਤੀ ਪਈ ਹੈ, ਮੋਹਰਾਂ ਦੀ ਥੈਲੀ ਚੱਕੀ ਹੈ, ਚੋਰ ਚੋਰ ਕਹਿ ਕੇ ਰੌਲਾ ਪਾਉਣ ਲੱਗਿਆ, ਵੇ ਗੰਗੂਆ ਜੇ ਤੈਨੂੰ ਮਾਇਆ ਦੀ ਲੋੜ ਹੈ ਸਾਰੀਆਂ ਰੱਖ ਲੈ, ਪਰ ਚੋਰ ਚੋਰ ਕਹਿ ਕੇ ਬਾਜਾ ਨਾ ਮਾਰ, ਮਾਂ ਨੇ ਮਾਂ ਗੁਜਰੀ ਕੌਰ ਨੇ ਗੱਲਾਂ ਕਹੀਆਂ ਨੇ। ਫਿਰ ਤਾਂ ਭੜਕ ਉੱਠਿਆ, ਮੇਰੇ ਤੇ ਇਲਜ਼ਾਮ ਲੱਗਿਆ, ਮਾਂ ਕਿਹੜੀਆਂ ਗੱਲਾਂ ਕਰਦੀ ਹੈ, ਮੈਂ ਤਾਂ ਤੁਹਾਡੇ ਗੁਰੂ ਘਰ ਤੋਂ ਸੇਵਾ ਕੀਤੀ, ਉਹ ਤੁਹਾਨੂੰ ਵੇਖੜਿਆਂ ਨੂੰ ਪੈਂਡੇ ਤੋਂ ਤੁਹਾਨੂੰ ਭੁੱਲੇ ਭਟਕਿਆਂ ਨੂੰ ਆਪਣੇ ਘਰੇ ਪਨਾਹ ਦਿੱਤੀ, ਤੂੰ ਮੇਰੇ ਮੱਥੇ ਤੇ ਦਾਗ ਲਾਉਣ ਲੱਗੀ ਹੈ, ਲੋ ਵੀ ਇਹ ਜ਼ਾਲਮ ਨੇ ਕੀ ਕਰਿਆ, ਨੇੜੇ ਸ਼ਹਿਰ ਪੈਂਦਾ ਮਰਿੰਡਾ, ਮਰਿੰਡੇ ਆਇਆ ਜਾਨੀ ਖਾਂ ਤੇ ਮਾਨੀ ਖਾਂ ਸਮੇਂ ਦੇ ਫੌਜ ਦਾ ਸਿਪਾਹੀ, ਇਹਨਾਂ ਨੂੰ ਨਾਲ ਲੈ ਕੇ ਇਹ ਕਹਿੰਦਾ ਵੀ ਮੇਰੇ ਘਰੇ ਬਾਜਾਂ ਵਾਲੇ ਗੁਰੂ ਦੇ ਛੋਟੇ ਬੱਚੇ ਤੇ ਮਾਤਾ ਗੁਜਰ ਕੌਰ ਬੈਠੇ ਨੇ, ਛੇਤੀ ਚਲੋ ਤੇਜ਼ੀ ਨਾਲ ਗ੍ਰਿਫਤਾਰ ਕਰ ਲਓ। ਇੱਕ ਬੇਨਤੀ ਹੋਰ ਹੈ, ਜਦੋਂ ਫੌਜ ਲੈ ਕੇ ਚੜੇ ਨੇ, ਹੱਥਕੜੀਆਂ ਲਾਈਆਂ ਨੇ ਸਾਹਿਬਜ਼ਾਦਿਆਂ ਨੇ, ਗੰਗੂ ਦੇ ਕੋਲੇ ਜਿਹੜੀ ਮਾਇਆ ਪਿੱਛੇ ਨੇ ਗੁਰੂ ਘਰ ਨਾਲ ਬੈਰ ਖੱਟਿਆ ਨਾ ਬੈਰ, ਹੁਣ ਤੁਹਾਨੂੰ ਪਤਾ ਪੁਲਿਸ ਵਾਲਿਆਂ ਨੂੰ ਜਦੋਂ ਪਤਾ ਲੱਗਦੀ ਵੀ ਕਿਸੇ ਕੋਲੇ ਮਾਇਆ, ਨਾਲੇ ਤਾਂ ਫਿਰ ਉਹ ਮਾਇਆ ਨਹੀਂ ਰਹਿਣ ਦਿੰਦੇ,
ਪਹਿਲਾਂ ਤਾਂ ਉਹਨਾਂ ਨੇ ਗੰਗੂ ਨੂੰ ਪੁੱਛਿਆ, ਗੰਗੂਆ ਕਿਹੜੀ ਗੱਲ ਤੋਂ ਗੁਰਹੁਤਾਰ ਕਰਾਉਣ ਲੱਗਿਆ? ਉਹ ਕਹਿੰਦਾ ਇਹਨਾਂ ਨੇ ਮੇਰੇ ਮੱਥੇ ਤੇ ਦਾਗ ਲਾਇਆ ਵੀ ਮੈਂ ਇਹਨਾਂ ਦੀ ਮਾਇਆ ਚੋਰੀ ਕੀਤੀ ਹੈ। ਗੰਗੂਆ ਫਿਰ ਇਹ ਗੱਲ ਤਾਂ ਸੱਚੀ ਹੋਊਗੀ, ਨਹੀਂ ਤੈਨੂੰ ਕਿਹੜਾ ਬਰਾਗ ਚੱਲ ਪਿਆ, ਤੂੰ ਸਾਡੇ ਕੋਲੇ ਗ੍ਰਿਫਤਾਰ ਕਰਾਉਣ ਆ ਗਿਆ। ਉਹਨਾਂ ਨੇ ਪਹਿਲਾਂ ਤਾਂ ਗੰਗੂ ਲੰਮਾ ਪਾਇਆ, ਉਹਦੀ ਕਟਾਈ ਸ਼ੁਰੂ ਹੋ ਗਈ, ਤਿੰਨ ਦਾਗ ਗੰਗੂ ਦੇ ਮੱਥੇ ਤੇ ਲੱਗ ਕੇ, ਇੱਕ ਤਾਂ ਇੱਜ਼ਤ ਨਹੀਂ ਪੱਲੇ ਰਹੀ, ਮਾਇਆ ਚੱਕੀ ਮਾਇਆ ਨਹੀਂ ਪੱਲੇ ਰਹੀ, ਤੇ ਜਿਹੜਾ ਧਰਮ ਸੀ ਉਹ ਤਾਂ ਹਾਰ ਹੀ ਗਿਆ ਧਰਮ ਤੋਂ, ਗੰਗੂ ਦੀ ਕਟਾਈ ਹੋ ਗਈ, ਗੰਗੂ ਦੇ ਪੱਲੇ ਕੱਖ ਨਹੀਂ ਹੋ ਰਿਹਾ। ਮੇਰੀ ਬੇਨਤੀ ਸਤਿਗੁਰਾਂ ਦੇ ਛੋਟੇ ਫਰਜ਼ੰਦਾਂ ਨੂੰ ਹੁਣ ਹੱਥ ਕੜੀਆਂ ਲੱਗੀਆਂ ਨੇ, ਤੁਹਾਡੇ ਵਰਗੀਆਂ ਮਾਈਆਂ ਬੀਬੀਆਂ ਖੂਹ ਤੋਂ ਪਾਣੀ ਭਰ ਰਹੀਆਂ ਸੀ, ਖੂਹ ਤੋਂ ਪਾਣੀ ਭਰਦੀਆਂ ਭਰਦੀਆਂ ਦੇ ਦਿਲ ਚ ਬਰਾਗ ਚੱਲ ਪਿਆ, ਕੀ ਵੇਖਦੇ ਨੇ ਆ ਨਿੱਕੀਆਂ ਨਿੱਕੀਆਂ ਜਿੰਦਾਂ, ਜਿਹਨਾਂ ਦੇ ਬੱਚੇ ਨੂੰ ਬੱਚਾ ਕਿਸੇ ਦਾ ਵੀ ਹੋਵੇ, ਚਾਹੇ ਇਸਲਾਮ ਦਾ ਹੋਵੇ, ਚਾਹੇ ਬਾਈਬਲ ਦੇ ਧਰਮ ਦਾ ਪੜ੍ਹਨ ਵਾਲਾ ਹੋਵੇ, ਚਾਹੇ ਬੋਧੀਆਂ ਦਾ ਹੋਵੇ, ਚਾਹੇ ਜੈਨੀਆਂ ਦਾ ਹੋਵੇ, ਬੱਚਾ ਸਾਰਿਆਂ ਨੂੰ ਪਿਆਰਾ ਲੱਗਦਾ। ਅੱਜ ਨਿੱਕੇ ਨਿੱਕੇ ਦੁਲਾਰੇ ਸੀਸ ਤੇ ਦਿਵਾਲੇ ਸੋਹਦੇ ਨੇ, ਗਾਤਰੇ ਕਿਰਪਾਨਾਂ ਪਾਈਆਂ ਨੇ, ਬੁੱਢੀ ਦਾਦੀ ਦਾਦੀ ਗੁਜਰ ਕੌਰ ਪਿਆਰ ਨਾਲ ਆਪਣੇ ਵੱਡੇ ਵਡੇਰਿਆਂ ਦੇ ਕਹਾਣੀਆਂ ਸੁਣਾਉਂਦੀ, ਆਏ ਤੁਰੇ ਜਾਂਦੇ ਨੇ ਤੁਰੇ, ਉਹ ਖੂਹ ਤੇ ਪਾਣੀ ਭਰ ਰਹੀਆਂ ਮੁਟਿਆਰਾਂ ਵਿਚਾਰ ਕੀ ਕਰਦੀਆਂ ਨੇ। ਇੱਥੇ ਕਵਿਤਾ ਸੁਣਿਓ ਪ੍ਰਗਟ ਤੇ ਜਗਦੀਪ ਦੀਆਂ ਆਵਾਜ਼ਾਂ ਚ, ਲਿਖਤ ਹੈ ਸਵਾਮੀ ਦਰਬਾਰਾ ਸਿੰਘ ਮਹਾਰਾਜ ਲੋਕੋ ਵਾਲਿਆਂ ਦੀ ਪਰਮਾਣੀ। ਆ ਬੇਨਤੀ ਨੂੰ ਸੁਣਿਓ, ਉਹ ਇੱਕ ਦੂਏ ਨੂੰ ਕਹਿੰਦੀ ਆ, ਕਹਿੰਦੀ ਭੈਣੇ ਉਹ ਕੌਣ ਲੱਗਦਾ ਨਜ਼ਰ ਜਾਂਦਾ ਤੈਨੂੰ? ਉਹ ਕਹਿੰਦੀ ਮੈਨੂੰ ਐਂ ਲੱਗਦਾ ਜਿਵੇਂ ਰੂਪ ਦੇ ਵਸੰਤ ਜਾਂਦੇ। ਹੁਣ ਇੱਕ ਕਹਿੰਦੀ ਨਹੀਂ ਉਹ ਰੂਪ ਦੇ ਵਸੰਤ ਫਿੱਕੇ ਪੈ ਸਕਦੇ ਨੇ, ਦੂਜੀ ਕਹਿੰਦੀ ਆ ਮੈਨੂੰ ਤਾਂ ਐਂ ਲੱਗਦਾ ਹੈ ਵੀ ਇੱਕ ਧਰਤੀ ਤੇ ਚੰਦ ਜਿਵੇਂ ਚੜ੍ਹਦਾ ਤੇ ਇੱਕ ਸੂਰਜ ਚੜ੍ਹਦਾ ਹੈ, ਤੇ ਉਹਨਾਂ ਨਾਲੋਂ ਤੇਜ ਇਹਨਾਂ ਦੇ ਚਿਹਰਿਆਂ ਦਾ ਘੱਟ ਨਹੀਂ ਹੈ, ਇੱਕ ਦੂਜੇ ਨਾਲ ਜਿਵੇਂ ਖੂਹ ਤੇ ਪਾਣੀ ਭਰਦੀਆਂ ਮੁਟਿਆਰਾਂ ਗੱਲਾਂ ਕਰਦੀਆਂ ਨੇ, ਲੋਭੋ ਵਾਲਾ ਹਜ਼ੂਰੀ ਕੀ ਸ੍ਰੀ ਅਤਾ ਇਉਂ ਬੇਨਤੀ ਕਰਦੀ। ਵੇਖਣੀ ਪੈਣਾ ਕੈਸੇ ਜਾਣੇ ਅਨੋਖੇ ਰਾਹੀ, ਮਨ ਮੋਹਣ ਸੂਰਤਾ ਦੇ ਮਾਰੇ ਜਲ ਕਾ ਹੁਸਨ ਅਲਾਹੀ, ਮਨ ਮੋਹਣ ਸੂਰਤਾ ਦੇ ਮਰਲਾ ਦੀ ਕੈਸੇ ਰਸਤੇ ਜਾਣ ਸਹਾਏ, ਚੰਦ ਸੂਰਜ ਅਰਸ਼ਾਂ ਦੇ ਫਿਰਦੇ ਨਾਤ ਲੋਕ ਤੇ ਆਏ, ਚੰਦ ਸੂਰਜ ਅਰਸ਼ਾਂ ਦੇ ਨਾ ਅਵਤਾਰਾਂ ਦੀ ਕੀ ਜਾਣੇ ਕਦਰ ਲਗਾਈ, ਹਾਂ ਕਮ ਤੁਰਕੇ ਸਰਦੇ ਜਾਂਦੇ ਹੱਥ ਘੜੀਆਂ ਕਿਉਂ ਲਾਈ, ਹਾਂ ਕਮ ਤੁਰਕੇ ਸਰਦੇ ਧੰਨਾ ਤੇ ਭਗਤ ਕਿੰਨਾ ਤਾਏ, ਚੰਦ ਸੂਰਜ ਅਰਸ਼ਾਂ ਦੇ ਫਿਰਦੇ ਨਾਤ ਲੋਕ ਤੇ ਆਏ, ਚੰਦ ਸੂਰਜ ਅਰਸ਼ਾਂ ਦੇ ਵਿੱਚ ਛੋਟੀਆਂ ਉਮਰਾਂ ਦੇ ਵਿੱਚ ਛੋਟੀਆਂ ਉਮਰਾਂ ਦੇ ਜਾਣੀ ਜਾਪਣ ਸੰਤ ਸਨੰਦਨ ਕੱਢੇ ਮਤਰੇਈ ਦੇ ਨੰਦਨ ਕੱਦੇ ਮਤਰੇਈ ਦੇ ਪੁੱਤਰ ਪਾਤਸ਼ਾਹ ਤੇ ਭਗਤਨ ਪੈਂਦੇ ਰੂਪ ਸਵਾਏ, ਚੰਦ ਸੂਰਜ ਅਰਸ਼ਾਂ ਦੇ ਫਿਰਦੇ ਨਾਤ ਲੋਕ ਤੇ ਆਏ, ਚੰਦ ਸੂਰਜ ਅਰਸ਼ਾਂ ਦੇ ਆ ਰੂਪ ਬਸੰਤ ਸਯੋ ਜਾ ਰੂਪ ਬਸੰਤ ਸਯੋ, ਬੇਟੇ ਖੜਕ ਸੈਨ ਦੇ ਹੋਣੀ ਕੋਈ ਨਬੀ ਪੈਗੰਬਰ ਨੀ, ਸੇਲੇ ਮਨ ਯੂਸਫਾ ਸਾਣੀ ਕੋਈ ਨਬੀ ਪੈਗੰਬਰ ਨੀ, ਹੈ ਹਸਨ ਹਸੈਨ ਸਯੋ ਹੈ ਹਸਨ ਹਸੈਨ ਸਯੋ, ਲਗਦੇ ਬੀਬੀ ਫਾਤਮਾ ਜਾਏ ਚੰਦ ਸੂਰਜ ਅਰਸ਼ਾਂ ਦੇ ਫਿਰਦੇ ਨਾਤ ਲੋਕ ਤੇ ਆਏ, ਚੰਦ ਸੂਰਜ ਅਰਸ਼ਾਂ ਦੇ ਜਾ ਜਾਂਦੇ ਮਥਰਾ ਨੂੰ ਇਹ ਬਲਰਾਮ ਕ੍ਰਿਸ਼ਨ ਪਰਾਤਾ ਓਲੇ ਕਰ ਨਜ਼ਰਾਂ ਤੋਂ।
ਰੱਬ ਬੰਦੀ ਮਾਏ ਕੰਦ ਸੂਰਜ ਅਰਸ਼ਾਂ ਦੇ ਹਰਦੇ ਬਾਦ ਲੋਕ ਤੇ ਆਏ ਕੰਦ ਸੂਰਜ ਅਰਸ਼ਾਂ ਦੇ ਰੱਖੜਾ ਨਿਗੇਰ ਲਿਆ ਜਾਣਨ ਹੈ ਖੁਦ ਰੱਬ ਦੇ ਕਰਤਾ ਤੋ ਪਦ ਹੈ ਹੁਸਨਾ ਦੇ ਸ਼ੀਤਲ ਨੂਰ ਚੇਰਿਓ ਹਰਦਾ ਤੋ ਪਦ ਹੈ ਹੁਸਨਾ ਦੇ ਹੈ ਹਸਨ ਹਸੈਨ ਸਿਓ ਲੱਗਦੇ ਬੀਬੀ ਫਾਤਮਾ ਜਾਏ ਕੰਦ ਸੂਰਜ ਅਰਸ਼ਾਂ ਦੇ ਹਰਦੇ ਮਾਤ ਲੋਕ ਤੇ ਆਏ ਕੰਦ ਸੂਰਜ ਅਰਸ਼ਾਂ ਦੇ ਸਰਸਾ ਤੋਂ ਦੋ ਪੁੱਤ ਬਸ ਤਾਰੇ ਟੁੱਟ ਗਏ ਟੈਕ ਦੇਣੀ ਮਨ ਦੇ ਦਰਬਾਰ ਸਿੰਘਾ ਮਨ ਦੇ ਦਰਬਾਰ ਸਿੰਘਾ ਪਾਰੇ ਥੋੜੀ ਦੇ ਵਰਤਾਏ ਕੰਦ ਸੂਰਜ ਅਰਸ਼ਾਂ ਦੇ ਹਰਦੇ ਮਾਤ ਲੋਕ ਤੇ ਆਏ ਕੰਦ ਸੂਰਜ ਅਰਸ਼ਾਂ ਦੇ ਬੇਨਤੀ ਕਰਦੀਆਂ ਸਖੀਆਂ ਸਹੇਲੀਆਂ ਕੀ ਕਹਿੰਦੀਆਂ ਨੇ ਭੈਣੋ ਆ ਜਿਹੜੇ ਬੱਚੇ ਤੁਰੇ ਜਾਂਦੇ ਨੇ ਇਹਨਾਂ ਦੇ ਨਾਲ ਇੱਕ ਬੁੱਢੀ ਮਾਤਾ ਵੀ ਤੁਰੀ ਜਾਂਦੀ ਕੌਣ ਹੈ ਕਿੱਥੋਂ ਆਏ ਨੇ ਤੇ ਇਹਨਾਂ ਨੇ ਜਲਾਦਾਂ ਦੇ ਹੱਥ ਕੜੀਆਂ ਬੇੜੀਆਂ ਕਿਉਂ ਲਾਈਆਂ ਨੇ ਕਿਉਂ ਜਕੜਿਆ ਇਹਨਾਂ ਮੇਰੀ ਸੂਲੇ ਸਾਹਿਬ ਜਾਂਦੇ ਦਾ ਇਤਿਹਾਸ ਆਪਾਂ ਤੁਹਾਡੇ ਪਾਵਨ ਪਵਿੱਤਰ ਚਰਨਾਂ 'ਚ ਬੇਨਤੀ ਕਰਦੇ ਸਮਾਂ ਉਹ ਬਣਿਆ ਸਮਾਂ ਇਹ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨਿੱਕੇ ਨਿੱਕੇ ਬੱਚੇ ਬੁੱਢੀ ਮਾਤਾ ਮਾਤਾ ਗੁਜਰ ਕੌਰ ਗੰਗੂ ਨੇ ਧੋਖਾ ਕੀਤਾ ਬੇਈਮਾਨਾ ਕੀਤਾ ਮਾਂ ਤੇ ਨਿੱਕੇ ਨਿੱਕੇ ਬੱਚੇ ਜਾਨੀ ਖਾਂ ਤੇ ਮਾਨੀ ਖਾਂ ਨੂੰ ਗ੍ਰਿਫਤਾਰ ਕਰਵਾ ਦਿੱਤੇ ਗ੍ਰਿਫਤਾਰੀ ਹੋਈ ਖੂਹ ਤੇ ਪਾਣੀ ਭਰ ਰਹੀਆਂ ਮੁਟਿਆਰਾਂ ਦੇ ਦਿਲ ਚ ਵਿਚਾਰ ਆਇਆ ਭੈਣੋ ਇਹ ਮੈਨੂੰ ਐਂ ਜਾਪਦਾ ਵੀ ਹੁਸਨ ਹੁਸੈਨ ਜਾਂਦੇ ਆ ਕੋਈ ਕਹਿੰਦੀ ਹੈ ਨਹੀਂ ਇਹ ਯੂਸਫ ਜਾ ਰਿਹਾ ਦੁਨੀਆਂ ਦਾ ਯੂਸਫ ਤੇ ਯੂਸਫ ਦਾ ਭਾਈ ਜਾ ਰਿਹਾ ਦੁਨੀਆਂ ਦਾ ਸਭ ਤੋਂ ਸੋਹਣਾ ਪਰ ਕੋਈ ਕਹਿੰਦੀ ਹੈ ਨਹੀਂ ਸਾਰੀਆਂ ਦੁਨੀਆਂ ਦੀਆਂ ਦੌਲਤਾਂ ਫਿੱਟੀਆਂ ਨੇ ਇਹ ਤਾਂ ਐ ਲੱਗਦਾ ਵੀ ਇੱਕ ਚੰਦ ਤੇ ਦੂਜਾ ਸੂਰਜ ਉਹਨਾਂ ਦਾ ਵੀ ਤੇਜ ਖਤਮ ਹੋ ਸਕਦਾ ਇਹਨਾਂ ਦੇ ਚਿਹਰੇ ਦੀ ਲਾਲੀ ਖਤਮ ਨਹੀਂ ਹੋ ਸਕਦੀ ਤੁਰੇ ਜਾ ਰਹੇ ਨੇ ਗ੍ਰਿਫਤਾਰ ਕਰਕੇ ਮਰਿੰਡੇ ਲਿਆਂਦਾ ਮਰਿੰਡੇ ਸਤਿਗੁਰਾਂ ਦੇ ਪਰਿਵਾਰ ਵੱਡੀ ਦਾਦੀ ਬੱਚਿਆਂ ਦੀ ਮਾਤਾ ਗੁਜਰੀ ਜੀ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਬਾਬਾ ਜੋਰਾ ਸਿੰਘ ਇੱਥੋਂ ਖਬਰ ਭੇਜੀ ਗਈ ਨੂੰ ਵਜੀਦ ਖਾਨ ਸਰਹੰਦ ਬਾਰੇ ਸੂਬੇ ਨੂੰ ਜਿਹੜਾ ਚਮਕਾਉ ਵੀ ਜੰਗ ਚ ਬੈਠਾ ਹੈ ਸਤਿਗੁਰਾਂ ਨੂੰ ਗ੍ਰਿਫਤਾਰ ਕਰਨ ਵਾਸਤੇ ਨਾਹਰ ਖਾਨ ਵਰਗੇ ਜੰਗਲ ਜ਼ਬਰਦਸਤ ਖਾਨ ਵਰਗੇ ਜੰਗਲ ਜਿਹੜੇ ਸਤਿਗੁਰਾਂ ਨੂੰ ਕੈਦ ਕਰਨ ਦੀਆਂ ਗੱਲਾਂ ਕਰਦੇ ਉਹਨੂੰ ਖਬਰ ਕੀ ਮਿਲੀ ਵੀ ਸਤਿਗੁਰਾਂ ਦੇ ਨਿੱਕੇ ਲਾਡਲੇ ਹੁਜੰਗ ਦੀ ਉਹਨਾਂ ਦੀ ਮਾਤਾ ਗੁਜਰ ਕੌਰ ਅਸੀਂ ਗ੍ਰਿਫਤਾਰ ਕਰ ਰਹੇ ਉਹਨੇ ਆਪਣੇ ਦਬਾਓ ਤੇ ਟਿਕਾਣਾ ਲਿਆਂਦਾ ਦਿਮਾਗ ਟਿਕਾਣੇ ਲੈ ਕੇ ਆਇਆ ਕਿ ਕਹਿੰਦਾ ਮਾੜਾ ਚੱਲ ਸ਼ੁਕਰ ਹੈ ਅੱਲਾਹ ਤਾਲਾ ਦਾ ਮੇਰੇ ਕੁਛ ਤਾਂ ਹੱਥ ਲੱਗਿਆ ਮੈਂ ਕੁਝ ਤਾਂ ਹਾਸਲ ਕੀਤਾ ਨਹੀਂ ਮੇਰਾ ਬਹੁਤ ਨੁਕਸਾਨ ਹੋ ਗਿਆ ਹੁਣ ਉਹਦੇ ਛੋਟੇ ਸਾਹਿਬਜ਼ਾਦੇ ਜਦੋਂ ਮੇਰੀ ਗ੍ਰਿਫਤਾਰੀ ਚ ਆ ਗਏ ਪੁੱਤਾਂ ਦੀ ਖਾਤਰ ਗੁਰੂ ਗੋਬਿੰਦ ਸਿੰਘ ਨੂੰ ਮੇਰੇ ਕੋਲ ਆਉਣਾ ਪਊਗਾ ਮੈਂ ਉਹਨੂੰ ਗ੍ਰਿਫਤਾਰ ਕਰੂੰਗਾ ਆਪਣਾ ਖੁਰਦ ਦੀ ਹਾਥੀ ਲੈ ਕੇ ਚੱਲ ਪਿਆ ਸਰਹੰਦ ਆ ਪਹੁੰਚਿਆ ਲੋ ਹੁਣ ਇੱਥੇ ਪਹਿਲੀ ਕੇਸੀ ਸੁਣਿਆ ਬੱਚਿਆਂ ਦੀ ਪਹਿਲੀ ਕੇਸੀ ਕੀ ਹੋਇਆ ਬੱਚਿਆਂ ਨੂੰ ਲਿਆ ਕੇ ਵਜੀਦ ਖਾਨ ਸਰਹੰਦ ਵਾਲੇ ਨੇ ਆਰਡਰ ਦਿੱਤਾ ਵੀ ਜਿਹੜਾ ਆਪਣਾ ਠੰਡਾ ਬੁਰਜ ਹੈ ਜਿੱਥੇ ਅੱਜ ਆਪਾਂ ਨਤਮਸਤਕ ਹੁੰਦੇ ਹਾਂ ਸਾਰੀ ਸੰਗਤ ਜਾ ਕੇ
ਉਹ ਗਰਮੀ ਵਿੱਚ ਵੀ ਇੰਨਾ ਠੰਡਾ ਸੀ। ਇੱਕ ਗੱਲ ਹੋਰ ਗੌਰ ਕਰਿਓ, ਮੇਰੀ ਬੇਨਤੀ ਹੈ, ਸਾਲ ਵਿੱਚ ਦੋ ਮਹੀਨੇ ਇਹੋ ਜਿਹੇ ਆਉਂਦੇ ਨੇ, ਸਾਲ ਵਿੱਚ ਦੋ ਮਹੀਨੇ ਜਿਹੜੇ ਸਿੱਖਾਂ ਨੂੰ ਗਰਮੀ ਦਾ ਵੀ ਅਹਿਸਾਸ ਕਰਾਉਂਦੇ ਨੇ ਤੇ ਠੰਡ ਦਾ ਵੀ ਅਹਿਸਾਸ ਕਰਾਉਂਦੇ ਨੇ। ਪਰ ਤੁਹਾਡੇ ਸਿੱਖ ਮੁਰੇ ਉਹ ਦੋਨੇ ਹਾਰ ਗਏ। ਕਿਹੜੇ? ਇੱਕ ਤਾਂ ਜੂਨ ਦਾ ਮਹੀਨਾ ਆਉਂਦਾ ਹੈ ਜਿੱਥੇ ਪੰਜਵੇਂ ਸਤਿਗੁਰਾਂ ਨੂੰ ਪੱਤੀਆਂ ਤਵੀਆਂ ਤੇ ਬਿਠਾ ਕੇ ਸ਼ਹੀਦ ਕੀਤਾ, ਤੱਤੀ ਲੋਹ ਪੈਂਦੀ ਸੀ ਸੀਸ ਤੇ, ਇੱਕ ਨੰਬਰ ਉਹ ਤੇ ਇੱਕ ਸਾਡੇ ਘੱਲੂ ਘਰ ਆ ਜਿਹੜਾ ਹਰਿਮੰਦਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਚੱਲਿਆ, ਗੋਲੀਆਂ ਵੀ ਵਹੀਆਂ, ਇਹ ਜੂਨ ਦੇ ਮਹੀਨੇ ਤੇ ਸਾਡੇ ਤੇ ਸਾਕਰੇ ਵਾਪਰੇ ਨੇ। ਉਹ ਅੱਤ ਦੀ ਗਰਮੀ ਤੇ ਦੂਜੀ ਬਹੁਤ ਦੀ ਸਰਦੀ ਜਿਹੜੀ ਪੂਰੀ ਠੰਡ ਵੀ ਪੈਂਦੀ ਹੈ ਨਾ। ਗੁਰੂ ਦਾ ਖਾਲਸਾ ਗਰਮੀ ਨੂੰ ਅੜਿਆ ਤੇ ਨਾ ਠੰਡੀ ਸਾਨੂੰ ਡਰਾ ਸਕੀ ਤੇ ਨਾ ਸਾਡੀ ਸਾਨੂੰ ਧਮਕਾ ਸਕੀ ਹੈ। ਇਹ ਗੁਰੂ ਦੇ ਖਾਲਸੇ ਨੂੰ ਹੋਰ ਜਲਾਲ ਚੜਦਾ ਜਾਂਦਾ। ਮੇਰੀ ਬੇਨਤੀ ਸਤਿਗੁਰਾਂ ਦੇ ਪਰਿਵਾਰ ਨੂੰ ਠੰਡੇ ਬੁੱਧ ਚ ਬੰਦ ਕੀਤਾ, ਬੁੱਧੀ ਦਾਦੀ ਦਾਦੀ ਗੁਜਰ ਕੌਰ ਬੱਚਿਆਂ ਨੂੰ ਸਿੱਖਿਆ ਦੇ ਰਹੀ ਆ। ਬੱਚਿਓ ਤੁਹਾਡੇ ਪੋਤੇ ਤੁਹਾਡੇ ਦਾਦਿਆਂ ਨੇ ਪੜਦਾਦਿਆਂ ਨੇ ਕੁਰਬਾਨੀਆਂ ਦਿੱਤੀਆਂ, ਕੁਰਬਾਨੀਆਂ ਮਦਾਨੇ ਜੰਗ ਜਿਵੇਂ ਜੂਝੇ। ਧੰਨ ਸੀ ਤੁਹਾਡਾ ਦਾਦਾ ਗੁਰੂ ਤੇਗ ਬਹਾਦਰ ਜਿਹਨੇ ਡੁੱਬਦੀ ਹਿੰਦ ਬੈਂਕ ਨੂੰ ਮੋਢਾ ਲਾ ਕੇ ਤਾਰਿਆ, ਤੁਸੀਂ ਉਹਦੇ ਪੋਤੇ ਕਿਤੇ ਡੋਲ ਨਾ ਜਾਇਓ। ਤੁਹਾਡੇ ਪੜਦਾਦੇ ਨੇ ਜਾਲਮ ਨਾਲ ਮੱਥਾ ਲੈ ਕੇ ਦੁਨੀਆਂ ਦੇ ਦੋ ਧਰਮ ਕਾਇਮ ਕੀਤੇ, ਇੱਕ ਰਾਜਨੀਤਿਕ ਤੇ ਧਰਮ ਜਿਹੜਾ ਚੱਲ ਰਿਹਾ, ਤੁਸੀਂ ਉਹਦੇ ਪੜਪੋਤੇ ਹੋ। ਗੁਰੂ ਅਰਜਨ ਸਾਹਿਬ ਦੀ ਆਲ ਸਭਾ ਉਸੋ ਤੁਹਾਡੇ ਤਾਂ ਸਵੇਰਾ ਵੱਜਦਾ ਮੱਥੇ ਤੇ ਵੀ ਤੁਸੀਂ ਸ਼ਹੀਦਾਂ ਦੇ ਸਰਦਾਰ ਦੇ ਪੜਪੋਤੇ ਹੋ। ਗੁਰੂ ਅਰਜਨ ਸਾਹਿਬ ਦੀ ਆਲ ਸਭਾ ਉਸੋ ਤੁਸੀਂ। ਮੇਰੀ ਬੇਨਤੀ ਸਤਿਗੁਰੂ ਤੇਗ ਬਹਾਦਰ ਜੀ ਆ ਜਾਦਾ ਤਾਜ਼ਾ ਕਰਵਾ ਰਹੀ ਆ ਦਾਦੀ, ਇਧਰੋਂ ਵੱਡੀ ਪੂਜਾ ਸਰਬੰਧ ਦੀ ਕਚਹਿਰੀ ਲੱਗੀ ਹੈ, ਉਹਦੇ ਸਿਪਾਹੀ ਗਏ ਨੇ। ਸੁੱਚਾ ਨੰਦ ਹੈ ਨਾ ਜਿਹੜਾ, ਹੁਣ ਜੇ ਇੱਥੇ ਆਪਾਂ ਸ਼ਬਦ ਵਰਤੀਏ ਵਿੱਚ ਸੁੱਚਾ ਨੰਦ, ਸੋਭਾ ਨੀ ਜਾ ਨਾ ਸੁੱਚਾ ਲਿਖਿਆ, ਪਰ ਜੇ ਉਹਦੇ ਕਰਮ ਦੇਖੀਏ, ਉਹਦੇ ਕਰਮ ਦੇਖੀਏ ਤਾਂ ਸੁੱਚਾ ਕਹਿਣ ਨੂੰ ਮੇਰਾ ਤਾਂ ਇਹੋ ਨਹੀਂ ਕਰਦਾ, ਤੁਸੀਂ ਆਪ ਗੌਰ ਕਰਿਓ। ਉਹਨੂੰ ਜੇ ਆਪਾਂ ਝੂਠਾ ਨੰਦ ਕਹੀਏ ਤਾਂ ਸੋਭਾ ਜਾਪਦੀ, ਪਰ ਕਹਿ ਤੁਮ ਤਾਜ਼ਾ ਇਤਿਹਾਸ ਦੀ ਵਿਚਾਰ ਹੈ। ਸੁੱਚਾ ਨੰਦ ਨੇ ਕੀ ਕੀਤਾ, ਉਹਨੇ ਕਿਹਾ ਵਡੀਰ ਖਾਂ ਸਰਹੰਦ ਵਾਲੇ ਦੇ ਕੰਨ ਭਰੇ ਨੇ, ਲਓ ਜੀ ਦਰਬਾਰ ਦੇ ਵਿੱਚ ਬੁਲਾਇਆ ਜਾਵੇ। ਸਿਪਾਹੀਆਂ ਨੂੰ ਇਤਲਾਹ ਕੀਤੀ, ਸਿਪਾਹੀਓ ਉਹਨਾਂ ਦੇ ਹਿਰਦੇ ਚ ਭੈ ਪਾਓ, ਬੱਚੇ ਨੂੰ ਜਦੋਂ ਭੈ ਦੇਵਾਂਗੇ ਡਰਾਵਾਂਗੇ ਧਮਕਾਵਾਂਗੇ, ਉਹ ਈਣ ਮੰਨਣਗੇ, ਡਰ ਜਾਣਗੇ, ਘਬਰਾ ਜਾਣਗੇ, ਤੁਸੀਂ ਜਾਓ ਨਾਲੇ ਤਾਂ ਦਾਦੀ ਨੂੰ ਭੈ ਦਿਓ ਨਾਲੇ ਬੱਚਿਆਂ ਨੂੰ। ਹੁਣ ਦੋ ਸਿਪਾਹੀ ਚੱਲ ਪਏ, ਸਿਪਾਹੀ ਕਿੱਥੇ ਆਏ ਠੰਡੇ ਬੁੱਢੇ ਬੁੱਢੇ, ਵਾਹ ਵਾਹ ਦੀਆਂ ਮਾਂ ਲੈ ਪਿਆਰ ਕਰ ਲਾ ਆਪਣੇ ਬੱਚਿਆਂ ਨੂੰ, ਦਾਦੀ ਨੂੰ ਕਹਿੰਦੇ, ਪਤਾ ਨੀ ਫਿਰ ਮੇਲੇ ਹੋਣੇ ਆ ਜਾਂ ਨਹੀਂ ਹੋਣੇ ਆ, ਇਹ ਤਾਂ ਇਹ ਨੀ ਪਤਾ ਵੀ ਆਖਰੀ ਵਾਰ ਦਾ ਹੀ ਮੇਲਾ ਹੋਵੇ ਤੁਹਾਡਾ, ਜਿਹੜਾ ਪਿਆਰ ਕਰਨਾ ਤੂੰ ਅੱਜ ਕਰ ਲੈ। ਦਾਦੀ ਨੇ ਕੁੱਟ ਕੇ ਸ਼ੀਨੇ ਦੇ ਨਾਲ ਲੈ ਦੋਨੇ ਨਾਲ ਲਾਲ, ਦੇਖਿਓ ਧਰਮ ਤੋਂ ਡੋਲ ਨਾ ਜਾਇਓ, ਵੀ ਤੁਹਾਡੇ ਦਾਦੇ ਦੀਆਂ ਮਹਾਨ ਕੁਰਬਾਨੀਆਂ ਨੇ। ਅੰਦਰ ਜੋਸ਼ ਭਰ ਕੇ ਮਾਂ ਗੁਜਰ ਕੌਰ ਨੇ ਦੋਨੇ ਪੋਤੇ ਤੋਰੇ, ਜਦੋਂ ਪੋਤੇ ਤੋਰੇ ਹੁਣ ਵਜੀਦ ਖਾਂ ਸਰਹੰਦ ਵਾਲੇ ਦੀ ਕਚਹਿਰੀ ਲੱਗੀ ਹੈ, ਜਿਹੜੇ ਸਿਪਾਹੀ ਸੀ ਨਾ ਸਿਪਾਹੀ, ਉਹ ਕਹਿੰਦੇ ਨੇ ਬੱਚਿਓ ਜਦੋਂ ਵਜੀਦ ਖਾਂ ਸਰਹੰਦ ਵਾਲੇ ਦੀ ਕਚਹਿਰੀ ਚ ਤੁਸੀਂ ਜਾਓਗੇ, ਸੋ ਤੁਸੀਂ ਜਾ ਕੇ ਚੌਕੇ ਦੁਆ ਸਲਾਮ ਕਰਨੀ ਆ, ਤੂੰ ਸਲਾਮ ਵਾਲੀ ਕੋਲ ਕਹਿ ਲੈ ਜਾ ਕੇ। ਜਦੋਂ ਸ਼ਬਦ ਕਹੇ ਨਾ ਸਲਾਮ ਵਾਲੀ ਕੋਲ ਕਹਿਣਾ, ਬੱਚੇ ਤੋਂ ਨਹੀਂ ਜਾਂਦੇ ਆ, ਇਹ ਨੀ ਸੀ ਪਤਾ ਵੀ ਹੰਸ ਹੰਸ ਕਿਹੜੀ ਹੈ, ਚਮਕਾਇਆ ਜੇ ਕਿਤੇ ਤੁਸੀਂ ਦੁਆ ਸਲਾਮ ਕਰੋਗੇ, ਪਤਾ ਨੀ ਵਡੀਰ ਖਾਂ ਦਾ ਹਿਰਦਾ ਖੁਸ਼ ਹੋਵੇ ਤੁਹਾਨੂੰ ਛੱਡ ਦੇ, ਪਤਾ ਨੀ ਤੁਹਾਨੂੰ ਕਿੰਨਾ ਘਲਾਜ ਦੇ ਦੇ, ਤੁਹਾਨੂੰ ਸਰਹੰਦ ਦੇ ਵਜ਼ੀਰ ਬਣਾ ਦੇ, ਇਹੋ ਜਿਹੇ ਲਾਲਚ, ਇਹੋ ਜਿਹੇ ਡਰਾਵੇ, ਇਹੋ ਜਿਹੇ ਧਮਕਾਵੇ ਰਸਤੇ ਚ ਸੁਪਾਹੀ ਦਿੰਦੇ ਜਾਂਦੇ, ਜਾਓ ਜਾ ਕੇ ਸਲਾਮ ਕਰਿਓ,
ਲੋ ਵੀ ਸੁਣਿਓ, ਜਦੋਂ ਕਚਹਿਰੀ ਚ ਗਏ ਨਾ ਸੂਬੇ ਸਾਹਿਬ ਜਾਂਦੇ ਆ, ਜਾ ਕੇ ਕੀ ਹੋਇਆ, ਸੂਬੇ ਦੇ ਦਰਬਾਰ ਚ ਕਾਜੀ ਮੁੱਲਾ ਮਲਾਣੇ ਸਮੇਂ ਦੇ ਬੱਚੇ ਬੈਠੇ ਆ, ਵਜੀਰ ਖਾਨ ਸਰਹੰਦ ਵਾਲਾ ਕਚਹਿਰੀ ਤੇ ਬੈਠੇ ਆ, ਮੁਹੰਮਦ ਸ਼ੇਰ ਖਾਨ ਨਵਾਬ ਰੇ ਕੁਟਲੇ ਵਾਲਾ ਬੈਠਾ, ਸੁੱਚਾ ਨੰਦ ਵਰਗੇ ਬੈਠੇ ਨੇ, ਔਰ ਸਾਹਿਬਜ਼ਾਦੇ ਨੇ ਜਾ ਕੇ ਜਾਜੀ ਵੀ ਆਵਾਜ਼ ਚ ਇੱਕ ਫਤਿਹ ਜਕਾਰਾ ਬੁਲਾਇਆ, ਕੀ ਕਿਹਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਆਹ ਆਵਾਜ਼ ਆਇਆ ਨਾ, ਕਹਿੰਦੇ ਜਿਹੜੇ ਬੈਠੇ ਸੀ ਨਾ ਤਖਤਾਂ ਤੇ ਕੁਰਸੀਆਂ ਤੇ, ਉਹਨਾਂ ਦੇ ਹਿਰਦੇ ਕੰਮ ਕੇ ਵੀ ਆਏ ਲਾਉਣੋ ਜਕਾਰੇ ਦੀ ਆਵਾਜ਼ ਦੇ ਨਾਲ। ਇਹ ਖਾਲਸਾ ਨਾ ਜਿਹੜਾ ਗੁਰੂ ਦਾ ਜਿੱਥੇ ਵੀ ਅੜਿਆ ਹੈ, ਇਹਦੇ ਤਾਂ ਚਿਹਰੇ ਤੋਂ ਹੀ ਭਾਵਕ ਹੋ ਜਾਂਦਾ ਬੰਦਾ ਹਿਰਦਾ ਦੇਖ ਕੇ। ਇਹ ਪੰਜੇ ਕੱਕਿਆਂ ਦੇ ਪੂਰੇ ਗੁਰੂ ਦੇ ਤੋਂ ਇਲਾਵਾ ਜਦੋਂ ਜਾ ਕੇ ਫਤਿਹ ਗਜਾਈ ਦਿੱਤਾ ਵੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ, ਉਹ ਸੁੱਚਾ ਨੰਦ ਵਰਗੇ ਵਡੀਰਾਂ ਦੇ ਹਿਰਦੇ ਕੰਮ ਕੇ ਕੀ ਕਹਿੰਦੇ ਆ। ਉਹ ਕਹਿੰਦਾ ਬੱਚਿਓ ਗੌਰ ਕਰੋ, ਇਹ ਕਿਤੇ ਅਨੰਦਪੁਰ ਵਾਲੇ ਗੁਰੂ ਦਾ ਦਰਬਾਰ ਨਹੀਂ ਹੈ, ਇਹ ਕੋਈ ਅੰਮ੍ਰਿਤ ਸਾਹਿਬ ਦਾ ਤਖਤ ਨਹੀਂ ਹੈ ਜਿੱਥੇ ਤੁਸੀਂ ਆਵਾਜ਼ਾਂ ਦਿੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਤੇ ਫਤਿਹ ਗਜਾਉਂਦੇ ਹੋ। ਇਹ ਵਜ਼ੀਰ ਖਾਂ ਸਰਹੰਦ ਵਾਲੇ ਦੀ ਕਚਹਿਰੀ ਹੈ, ਇਹ ਕਚਹਿਰੀ ਚ ਝੁਕ ਕੇ ਦੁਆ ਸਲਾਮ ਕਰੋ ਬਈ ਜਿਵੇਂ ਸਾਹਿਬਜ਼ਾਦਿਆਂ ਨੂੰ ਤਲਵਾਰਾਂ ਦੀ ਸਵਾਮੇ ਸੁੱਚਾ ਨੰਦ ਵਰਗੇ ਵਜ਼ੀਰ ਡਰਾਉਂਦੇ ਆ ਧਮਕਾਉਂਦੇ ਆ, ਕਹਿੰਦੇ ਝੁਕ ਕੇ ਦੁਆ ਸਲਾਮ ਕਰੋ, ਉਹਨਾਂ ਸਮਿਆਂ ਨੂੰ ਸਵਾਮੀ ਦਰਬਾਰਾ ਸਿੰਘ ਮਹਾਰਾਜ ਦੀ ਕਲਮ ਨੇ ਜਿਵੇਂ ਲਿਖਿਆ ਤੇ ਲੋਪੋ ਵਾਲਾ ਹਜ਼ੂਰੀ ਗਣੇਸ਼ ਦੀ ਅੱਥਾ ਬੇਨਤੀ ਕਚਹਿਰੀ ਹੋਣ ਪੇਸ਼ ਬੱਜਿਓ, ਕਚਹਿਰੀ ਹੋਣ ਪੇਸ਼ ਬੱਜਿਓ, ਸੁਣੋਈ ਇੱਕ ਸਾਡਾ ਉਪਦੇਸ਼ ਬੱਜਿਓ, ਸੁਣੋਈ ਇੱਕ ਸਾਡਾ ਉਪਦੇਸ਼ ਬੱਜਿਓ, ਦੱਸ ਦਈਏ ਫੇਰੀ ਇਹਨਾਂ ਦੇ ਵਿਧਾਨ ਦਾ, ਸ਼ਾਹੀ ਦਰਬਾਰੀ ਹੈ ਬਦੀਦ ਖਾਨ ਦਾ, ਸ਼ਾਹੀ ਦਰਬਾਰੀ ਹੈ ਬਦੀਦ ਖਾਨ ਦਾ, ਸਾਹਮਣੇ ਹੈ ਬਈ ਫਸੂ ਬਸਰ ਹੰਦ ਦਾ, ਆਸਣ ਲਗਾਇਆ ਕੋਲ ਸੁਚਾਨੰਦ ਦਾ, ਆਸਣ ਲਗਾਇਆ ਕੋਲ ਸੁਚਾਨੰਦ ਦਾ, ਸਖਤਾ ਕਾਨੂੰਨ ਹੈ ਹੁਕਮਰਾਨ ਦਾ, ਸਖਤਾ ਕਾਨੂੰਨ ਹੈ ਹੁਕਮਰਾਨ ਦਾ, ਸ਼ਾਹੀ ਦਰਬਾਰੀ ਹੈ ਬਦੀਦ ਖਾਨ ਦਾ, ਸ਼ਾਹੀ ਦਰਬਾਰੀ ਹੈ ਬਦੀਦ ਖਾਨ ਦਾ, ਸੁੱਚੇ ਨੰਦ ਜੇ ਹਾਂ ਤੋ ਪਲੀ ਨਾ ਸਰ ਨਹੀਂ, ਸੁੱਚੇ ਨੰਦ ਜੇ ਹਾਂ ਤੋ ਪਲੀ ਨਾ ਸਰ ਨਹੀਂ, ਥੋਟੀ ਹਮ ਤਾਰ ਦੀ ਕਿਸੇ ਨਾ ਕਰਨੀ ਏ, ਥੋਟੀ ਹਮ ਤਾਰ ਦੀ ਕਿਸੇ ਨਾ ਕਰਨੀ, ਫੁੱਲੂ ਇੱਥੇ ਬੱਚੇ ਉਹ ਕੋਈ ਨੀ ਜਾਣਦਾ, ਹਾਂ ਕੋਈ ਨੀ ਜਾਣਦਾ, ਸ਼ਾਹੀ ਦਰਬਾਰੀ ਏ ਬਦੀਦ ਖਾਨ ਦਾ, ਆ ਬਦੀਦ ਖਾਨ ਦਾ, ਤੁਸੀਂ ਸਿੱਖੀ ਰਹਿੰਦੇ ਤਾਂ ਬਖਾਇਓ ਹੱਟਣਾ, ਮਾਜਬਾਂ ਦੇ ਚਿਹਰਾ ਚੋਂ ਤੁਸੀਂ ਕੀ ਖੱਟਣਾ, ਮਾਜਬਾਂ ਦੇ ਚਿਹਰਾ ਚੋਂ ਤੁਸੀਂ ਕੀ ਖੱਟਣਾ, ਭਗਤ ਬਚਾਰੇ ਕੰਮੇ ਨਸਾਰਦਾ, ਭਗਤ ਬਚਾਰੇ ਕੰਮੇ ਨਸਾਰਦਾ, ਸ਼ਾਹੀ ਦਰਬਾਰੀ ਏ ਬਦੀਦ ਖਾਨ ਦਾ, ਸ਼ਾਹੀ ਦਰਬਾਰੀ ਹੈ ਬਦੀਦ ਖਾਨ ਦਾ, ਤੁਹਾਡੀ ਇੱਥੇ ਫਤਿਹ ਹੋ ਬਣੀ ਕਬੂਲਨਾ, ਹੋ ਬਣੀ ਕਬੂਲਨਾ, ਸਿੱਖਾਂ ਵਾਲੇ ਤੁਸੀਂ ਰੱਖਿਓ ਵਸੂਲਨਾ, ਰੱਖਿਓ ਵਸੂਲਨਾ, ਭਗਤ ਪ੍ਰਚਾਰ ਕੰਮੇ ਨਸਰਦਾ, ਸ਼ਾਹੀ ਦਰਬਾਰੀ ਹੈ ਬਦੀਦ ਖਾਨ ਦਾ, ਸ਼ਾਹੀ ਦਰਬਾਰੀ ਹੈ ਬਦੀਦ ਖਾਨ ਦਾ, ਕਰਿਓ ਸਲਾਮਾਂ ਵਿੱਚ ਜਾਗ ਤੇਰੀ ਵੇ, ਕਰਿਓ ਸਲਾਮਾਂ ਵਿੱਚ ਜਾਗ ਤੇਰੀ ਵੇ,
ਦਿਲ ਵਿੱਚ ਆ ਜਾ ਜੇ ਤਾਰਾ ਸਵੇਰੀ ਦੇ ਓ ਦਿਲ ਵਿੱਚ ਆ ਜਾ ਜੇ ਤਾਰਾ ਸਵੇਰੀ ਦੇ ਹੋਈ ਆਉਂਦਾ ਹੈ ਤਰਸ ਉਮਰ ਦਰਦਾ ਸ਼ਾਹੀ ਦਰਬਾਰੀ ਏ ਵਜ਼ੀਰ ਖਾਨ ਦਾ ਸ਼ਾਹੀ ਦਰਬਾਰੀ ਏ ਵਜ਼ੀਰ ਖਾਨ ਦਾ ਕਿਹੜੀ ਤੁਸੀਂ ਗੱਲ ਕੀ ਮਸੂਮ ਕਰ ਗਏ ਹਾਂ ਮਸੂਮ ਕਰ ਗਏ ਲੱਗਦੇ ਓ ਹਸਨ ਹੁਸੈਨ ਵਾਰ ਗਏ ਹਾਂ ਹੁਸੈਨ ਵਾਰ ਗਏ ਸਜਦਾ ਹੀ ਸਭ ਕਿਤ ਸਲਮਾਨ ਦਾ ਸ਼ਾਹੀ ਦਰਬਾਰੀ ਏ ਵਜ਼ੀਰ ਖਾਨ ਦਾ ਸ਼ਾਹੀ ਦਰਬਾਰੀ ਏ ਵਜ਼ੀਰ ਖਾਨ ਦਾ ਤੁਹਾਨੂੰ ਉਪਦੇਸ਼ ਜੀ ਨੇ ਹਰ ਫਰਤਾ ਤੁਹਾਨੂੰ ਉਪਦੇਸ਼ ਜੀ ਨੇ ਹਰ ਫਰਤਾ ਹੈ ਨੀ ਤੁਹਾਡੇ ਕੋਲ ਤੁਹਾਡਾ ਗੁਰੂ ਦੇ ਪਿਤਾ ਹੈ ਨੀ ਤੁਹਾਡੇ ਕੋਲ ਤੁਹਾਡਾ ਗੁਰੂ ਦੇ ਪਿਤਾ ਸ਼ਤ ਮਗਰੂਰ ਦੇ ਪਿਤਾ ਦੀ ਸ਼ਾਨ ਦਾ ਸ਼ਤ ਮਗਰੂਰ ਦੇ ਪਿਤਾ ਦੀ ਸ਼ਾਨ ਦਾ ਸ਼ਾਹੀ ਦਰਬਾਰੀ ਏ ਵਜ਼ੀਰ ਖਾਨ ਦਾ ਸ਼ਾਹੀ ਦਰਬਾਰੀ ਏ ਵਜ਼ੀਰ ਖਾਨ ਦਾ ਏ ਵਜ਼ੀਰ ਖਾਨ ਦਾ ਹਾਂ ਵਜ਼ੀਰ ਖਾਨ ਦਾ ਸਾਹੀ ਦਰਬਾਰ ਹੈ ਵਜ਼ੀਰ ਖਾਨ ਜਦੋਂ ਕਿਹਾ ਨਾ ਵੀ ਵਜ਼ੀਰ ਖਾਨ ਸਰਹੱਦ ਵਾਲਾ ਤਖਤ ਤੇ ਬੈਠਾ ਹੈ ਬੋਲਦੇ ਬੱਚਿਓ ਚੁੱਕ ਕੇ ਦੁਆ ਸਲਾਮ ਕਰੋ ਚੁੱਕ ਕੇ ਇਹ ਤੁਹਾਡੇ ਗੁਰੂ ਦਾ ਦਰਬਾਰ ਨਹੀਂ ਹੈ ਜਿੱਥੇ ਫਤਿਹ ਗਜਾਉਂਦੇ ਸੁੱਚਾਨੰਦ ਦੇ ਬੋਲ ਬੰਦ ਹੋਏ ਵਜ਼ੀਰ ਖਾਨ ਸਰਹੱਦ ਵਾਲਾ ਕਚਹਿਰੀ ਤਖਤ ਤੇ ਬੈਠੇ ਉਹਨੇ ਆਵਾਜ਼ ਦਿੱਤਾ ਆਵਾਜ਼ ਕੀ ਆਇਆ ਬੱਚਿਓ ਜਿਹੜੀ ਤੁਹਾਡੇ ਹਿਰਦੇ ਚ ਗਰਜ ਹੈ ਇੰਨਾ ਜੋਸ਼ ਹੈ ਤੁਸੀਂ ਗਰਜ ਕੇ ਕੋਈ ਡਰ ਨੀ ਕੋਈ ਭੈ ਨੀ ਤੁਹਾਨੂੰ ਪਤਾ ਤੀਰੇ ਤਿੱਖੇ ਤੀਰਾਂ ਦੀਆਂ ਤਲਵਾਰਾਂ ਦੀਆਂ ਇਸ਼ਾਵਾਂ ਨੇ ਜੇ ਮੈਂ ਇੱਕ ਹੁਕਮ ਕਰਾਂ ਤੁਹਾਡੇ ਟੋਟੇ ਟੋਟੇ ਕਰਕੇ ਨੀਹਾਂ ਚ ਕੱਟ ਦੇਣਗੇ ਆਹ ਤਲਵਾਰਾਂ ਦੀਆਂ ਇਸ਼ਾਵਾਂ ਜਿਵੇਂ ਤੁਹਾਡੀਆਂ ਧੌੜਾਂ ਗਲ ਕਲਮ ਕਰ ਦਿੱਤੀਆਂ ਜਾਣਗੀਆਂ ਸੀਸ ਧਰ ਤੋਂ ਬੁਲਾ ਹੋ ਜਾਣਗੇ ਵਜ਼ੀਰ ਖਾਂ ਕਹਿੰਦਾ ਹਜੇ ਵੀ ਵਕਤ ਹੈ ਜੇ ਤੁਹਾਨੂੰ ਮੈਂ ਭਲਾ ਸਰਹੰਦ ਦਾ ਰਾਜ ਦੇ ਦਿਆਂ ਇੱਥੋਂ ਤੱਕ ਨਹੀਂ ਜਿਹੜੀਆਂ ਬੇਰਮਾਂ ਦੇ ਡੋਲੇ ਕਹੋਗੇ ਮੈਂ ਤੁਹਾਡੇ ਚਰਨਾਂ 'ਚ ਡੋਲੇ ਪੇਸ਼ ਕਰ ਦਿਆਂ ਤੁਸੀਂ ਤਾਂ ਬੱਚੇ ਹੋ ਨਾਲੇ ਸੁਣੋ ਇੱਕ ਗੱਲ ਭੈ ਦੇ ਕੇ ਕਹਿੰਦਾ ਭੈ ਦੇ ਕੇ ਮੈਂ ਆਇਆ ਚਮਕੌਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੋਂ ਚਮਕੌਰ ਸਾਹਿਬ ਦੀ ਧਰਤੀ ਦੇ ਵਿੱਚ ਤੁਹਾਡੇ ਗੁਰੂ ਪਿਤਾ ਜਿਹਨੂੰ ਤੁਸੀਂ ਕਹਿੰਦੇ ਹੋ ਨਾ ਬਾਜਾ ਵਾਲਾ ਗੁਰੂ ਤੁਹਾਡਾ ਗੁਰੂ ਪਿਤਾ ਚਮਕੌਰ ਦੀ ਜੰਗ 'ਚ ਮਾਰਿਆ ਗਿਆ ਨਾਲੇ ਤੁਹਾਡੇ ਵੱਡੇ ਭਰਾ ਸਾਡੇ ਮੁਗਲਾਂ ਦੀਆਂ ਤਲਵਾਰਾਂ ਦੇ ਛੱਲੀ ਕਰਤੇ ਛੱਲੀ ਉਹਨਾਂ ਦੇ ਚਿਹਰਿਆਂ ਤੇ ਜਲਾ ਗਈ ਜੇ ਜੌਹਰ ਹੋਰ ਚੜਦਾ ਜਾਵੇ ਅੱਛਾ ਸਾਡੇ ਵੱਡੇ ਭਰਾ ਸ਼ਹੀਦ ਹੋ ਗਏ ਚਲੋ ਸੌਖਾ ਰਹਿ ਉਹਨਾਂ ਪਹਿਲਾਂ ਜਾ ਕੇ ਦਾਦੇ ਦੀ ਗੋਰ ਦਾ ਆਨੰਦ ਮਾਣਨਗੇ ਕੋਈ ਨੀ ਸਾਡੇ ਤੇ ਵੀ ਵਾਹਿਗੁਰੂ ਕਿਰਪਾ ਕਰੂ ਆਏ ਹਾਏ ਜਦੋਂ ਇਹੋ ਜਿਹੇ ਸ਼ਬਦ ਆਏ ਵਜ਼ੀਰ ਖਾਂ ਕਹਿੰਦਾ ਦੇਖੋ ਬੱਚਿਆਂ ਦਾ ਜੋਸ਼ ਮੇਰੀ ਫੌਜਦਾਰ ਸਿਪਾਹੀ ਸੈਨਾ ਦੇ ਵਿੱਚ ਇਹੋ ਜਿਹਾ ਇੱਕ ਵੀ ਬੰਦਾ ਨਹੀਂ ਹੈ ਇਹਨਾਂ ਨੂੰ ਜਲਾਲ ਚੜਦਾ ਜਾਂਦਾ ਕੋਈ ਭੈ ਨਹੀਂ ਕੋਈ ਡਰ ਨਹੀਂ ਬੱਚਿਓ ਐ ਕਰੋ ਧਰਮ ਤਿਆਗ ਦੋ ਈਨ ਮੰਨ ਲਓ ਮਾਇਆ ਸੋਨਾ ਚਾਂਦੀ ਹੀਰੇ ਜਵਾਹਰਾਤ ਜੋ ਚਾਹੀਦਾ ਮੈਂ ਤੁਹਾਡੇ ਕੋਲ ਪੇਸ਼ ਕਰ ਦੂੰਗਾ ਚਰਨਾਂ 'ਚ ਵਖਤ ਹੈ ਪਿਤਾ ਤਾਂ ਤੁਹਾਡਾ ਸ਼ਹੀਦ ਹੋ ਗਿਆ ਭਰਾ ਤੁਹਾਡੇ ਮਰ ਕੇ ਪ੍ਰਵਾਹ ਤੁਹਾਡਾ ਨਹੀਂ ਰਿਹਾ ਕੀ ਕਰੋਗੇ ਤੁਸੀਂ ਉਹ ਕਹਿੰਦੇ ਕੋਈ ਗੱਲ ਨੀ ਉਹਨਾਂ ਦੇ ਪਹਾੜੇ ਕਰਤਾਰ ਦਾ ਅਸੀਂ ਵੀ ਕਰਤਾਰ ਦਾ ਪਹਾੜਾ ਬੰਨਾਂਗੇ ਤੁਹਾਡੀ ਵੱਡੀ ਦਾਦੀ ਰਹਿ ਗਈ ਕੋਲ ਉਹਨੂੰ ਕੀ ਆਸਰਾ ਹੋਊਗਾ ਵੀ ਬੜੇ ਸਵਾਲ ਤੇ ਜਵਾਬ ਕੀਤੇ ਵਜ਼ੀਰ ਖਾਨ ਸਰਹੰਦ ਵਾਲੇ ਨੇ ਆਖਰਕਾਰ ਇਸ ਕਵਿਤਾ ਸੁਣੇ ਜੋੜੀ ਬੋਲੂਗੀ ਉਹ ਕਹਿੰਦੇ ਆ ਵਜ਼ੀਰ ਖਾਨ ਸਰਹੰਦ ਵਾਲਾ ਕੀ ਕਹਿੰਦਾ ਉਹ ਇੱਕ ਗੱਲ ਕਹਿੰਦਾ
ਕਹਿੰਦਾ ਬੱਚਿਓ ਜੇ ਭਲਾ ਤੁਹਾਨੂੰ ਛੱਡ ਦਿੱਤਾ ਜਾਵੇ, ਮੇਰੀ ਗੱਲ ਸੁਣਿਓ ਗੌਰ ਨਾਲ, ਜੇ ਤੁਹਾਡੇ ਤੇ ਕੋਈ ਪਾਬੰਦੀ ਨੀ, ਕੁਝ ਵੀ ਨੀ, ਕੋਈ ਸਖਤੀ ਨੀ, ਤੁਹਾਨੂੰ ਛੱਡ ਦਿੱਤਾ ਜਾਵੇ ਤੁਸੀਂ ਕੀ ਕਰੋਗੇ? ਇੱਥੇ ਜਿਹੜਾ ਸਭ ਤੋਂ ਛੋਟਾ ਸੀ ਨਾ, ਸਭ ਤੋਂ ਛੋਟਾ ਬਾਬਾ ਫਤਿਹ ਸਿੰਘ, ਉਹਦਾ ਆਵਾਜ਼ ਸੁਣਿਓ, ਉਹਦਾ ਆਵਾਜ਼ ਗਰਜਵੀਂ ਆਵਾਜ਼ ਚ ਬੋਲਦਾ ਬਾਬਾ ਫਤਿਹ ਸਿੰਘ। ਉਹ ਕਹਿੰਦਾ ਅਸੀਂ ਆ ਗੁਰੂ ਦੇ ਭਜੰਗੀ, ਗੁਰੂ ਦੇ ਭਜੰਗ ਕੀ ਕਰਦੇ ਹੁੰਦੇ ਆ? ਸੂਬਿਆ ਜੇ ਸਾਨੂੰ ਤੂੰ ਅੱਜ ਵੀ ਛੱਡ ਦੇਗਾ, ਅਸੀਂ ਜਾਵਾਂਗੇ ਪਿੰਡ ਪਿੰਡ ਜਾ ਕੇ ਕਰਾਂਗੇ ਪ੍ਰਚਾਰ, ਪ੍ਰਚਾਰ ਕਰਕੇ ਭਜੰਗ ਫੌਜ ਇਕੱਠੀ ਕਰਾਂਗੇ ਭਜੰਗ ਫੌਜ। ਲੋ ਵੀ ਸੁਣੋ, ਜਿਵੇਂ ਵਜ਼ੀਰ ਖਾਨ ਸਰਹੰਦ ਵਾਲਾ ਇੱਕ ਪਾਸੇ ਖੜੇ ਆ ਛੋਟੇ ਸਾਹਿਬਜ਼ਾਦੇ ਸਤਿਗੁਰਾਂ ਦੇ ਦਲਾਰੇ ਬਾਜਾ ਵਾਲੇ ਗੁਰੂ ਦੀ ਸਪਿਰਟ ਭਰੀ ਹੋਈ ਹਿਰਦਿਆਂ ਚ ਭਾਂਬਰ ਚੋਂ ਬਲ ਕੇ ਵਜ਼ੀਰ ਖਾਨ ਸਰਹੰਦ ਵਾਲੇ ਨੂੰ ਇੱਕ ਮੂੰਹ ਤੋੜਵਾ ਜਵਾਬ ਦਿੰਦੇ ਨੇ, ਨਾਲੇ ਵਜ਼ੀਰ ਖਾਨ ਸਰਹੰਦ ਵਾਲੇ ਨਾਲ ਗੱਲਾਂ ਕਰਦੇ ਨੇ, ਉਹਨਾਂ ਲਾਈਨਾਂ ਨੂੰ ਲੋਕੋ ਵਾਲਾ ਹਜ਼ੂਰੀ ਕਮੀਸ਼ਨੀ ਜੱਥਾ ਤਾਂ ਬੇਨਤੀ ਕਰਦੀ। ਬੋਲੇ ਲਾਲਾ ਤਾਈ ਸੂਪਾ ਸਰਹੰਦ ਦਾ, ਇਹ ਸ਼ਾਹੀ ਦਰਬਾਰ ਹੈ ਬੁਲੰਦ ਦਾ, ਕਰੂਆ ਦਲ ਮੈਂ ਆਪਣੇ ਪਸੰਦ ਦਾ, ਹੁਣ ਹੋ ਗਏ ਤੁਸੀਂ ਸਾਡੇ ਓ ਅਧੀਨ ਬੱਚਿਓ, ਪਾਉ ਮੰਨਣਾ ਵਾ ਪਾਉ ਮੰਨਣਾ ਹਮਾਰਾ ਤੁਹਾਨੂੰ ਦੀਨ ਬੱਚਿਓ, ਪਾਉ ਮੰਨਣਾ ਹੋ ਕੇ ਪੇਸ਼ ਮਨ ਮੋਰੇ ਤੇ ਸਭੀਆਂ ਨੇ, ਚੱਕਰਾ ਮਜਾ ਪਛਾਣ ਵੀ ਗੰਭੀਰਾਂ ਨੇ, ਜੱਟਾ ਦੇ ਕੇ ਉੱਤਰ ਦੇ ਹਬੀਰਾਂ ਨੇ, ਨਹੀਂ ਮਨਜ਼ੂਰ ਫੈਸਲਾ ਤੁਹਾਰਾ ਸੂਬਿਆ, ਸਾਨੂੰ ਸੀਸ ਨਾਲੋ ਸੀਸ ਨਾਲੋ ਚੱਲ ਕੇ ਪਿਆਰਾ ਸੂਬਿਆ, ਸਾਨੂੰ ਸੀਸ ਨਾਲੋ ਅਜੇ ਬੇੜਾ ਥੋਡਾ ਦਿਲ ਨਾ ਵਿਚਾਰ ਲਓ, ਹੋ ਕੇ ਮੂਮਨ ਤੇ ਜਨਮ ਸਧਾਰ ਲਓ, ਸਾਡੇ ਰਾਜ ਵਿੱਚ ਐਸ਼ ਦੇ ਬਹਾਰ ਲਓ, ਰੰਗ ਵੇਖਿਆ ਕਿ ਜੱਗ ਦਾ ਨਵੀਨ ਬੱਚਿਓ, ਪਾਉ ਮੰਨਣਾ ਵਾ ਪਾਉ ਮੰਨਣਾ ਹਮਾਰਾ ਤੁਹਾਨੂੰ ਦੀਨ ਬੱਚਿਓ, ਪਾਉ ਮੰਨਣਾ ਭਾਵੇਂ ਪੂਰਬ ਨਕਾਰ ਨਕਾ ਜਾਵੜੇ, ਭਾਵੇਂ ਸੂਰਜ ਪੱਛਮ ਭੱਲੇ ਜਾ ਚੜੇ, ਅਸੀਂ ਆਪਣੇ ਲਾਉਣੇ ਉੱਤੇ ਹਾਂ ਖੜੇ, ਸਾਡਾ ਪੰਥ ਇਹ ਰਹੂਗਾ ਨਿਆਰਾ ਸੂਬਿਆ, ਸਾਨੂੰ ਸੀਸ ਨਾਲੋ ਸੀਸ ਨਾਲੋ ਧਰਮ ਪਿਆਰਾ ਸੂਬਿਆ, ਸਾਨੂੰ ਸੀਸ ਨਾਲੋ ਆਹੀ ਤਾਜ ਤੁਹਾਡੇ ਸੀਸ ਨੇ ਚਲਾ ਦੂੰਗਾ, ਨਾਲ ਬੇਗਮਾਂ ਦੇ ਸ਼ਾਦੀਆਂ ਕਰਾ ਦੂੰਗਾ, ਸਾਰੀ ਦੁਨੀਆਂ ਦੇ ਸੁੱਖ ਭਗਤਾ ਦੂੰਗਾ, ਭੋਗੋ ਜੱਗ ਵਾਲੇ ਸੁੱਖ ਪਰਵੀਨ ਬੱਚਿਓ, ਪਾਉ ਮੰਨਣਾ ਪਾਉ ਮੰਨਣਾ ਹਮਾਰਾ ਤੁਹਾਨੂੰ ਦੀਨ ਬੱਚਿਓ, ਪਾਉ ਮੰਨਣਾ ਤੇਰੇ ਤਾਜ ਪਖਤਾ ਦੀ ਨਹੀਂ ਲੋੜ, ਹਾਂ ਕਰੇ ਪਿਤਾ ਦੇ ਦੇਖੀ ਰਾ ਕੋਈ ਥੋੜੇ, ਅਸੀਂ ਸਰਸਾ ਨਦੀ ਚਲਾਏ ਰੋੜੇ, ਬਾਦਸ਼ਾਹੀ ਦਾ ਖਜ਼ਾਨਾ ਜੋ ਸੀ ਸਾਰਾ ਸੂਬਿਆ, ਸਾਨੂੰ ਸੀਸ ਨਾਲੋ ਸੀਸ ਨਾਲੋ ਸਦਕੇ ਪਿਆਰਾ ਸੂਬਿਆ, ਸਾਨੂੰ ਸੀਸ ਨਾਲੋ ਇੱਕ ਸਿੱਖੀ ਦੇ ਵਿੱਚੋਂ ਕੀ ਤੁਸੀਂ ਖੱਟਣਾ, ਪਾਸਾ ਛੜਾ ਕਿਉਂ ਮਹਾਮਵੀ ਤਾਂ ਵੱਟਣਾ, ਤੁਸੀਂ ਕਰ ਦੋ ਸਲਮ ਕਰ ਹੱਥ ਨਾ, ਆਉਂਦਾ ਉਮਰਾਂ ਤੇ ਤਰਸ ਹਸੀਨ ਬੱਚਿਓ, ਪਾਉ ਮੰਨਣਾ ਵਾ ਪਾਉ ਮੰਨਣਾ ਹਮਾਰਾ ਤੁਹਾਨੂੰ ਦੀਨ ਬੱਚਿਓ, ਪਾਉ ਮੰਨਣਾ ਸਾਨੂੰ ਕਰਨੀ ਸਲਾਮ ਦਾ ਸਿਖਾਈ ਨਾ, ਅਸੀਂ ਤੋਂ ਅੱਗੇ ਕਿਸੇ ਦੇ ਚਕਾਈ ਨਾ, ਨਾਮਕ ਦਾ ਦੇ ਲੀਕ ਜਾਂਦੀ ਲਈ ਨਾ, ਸਾਨੂੰ ਆਖੀਏ ਇਹ ਗੱਲ ਨਾ ਦੁਬਾਰਾ ਸੂਬਿਆ,
ਸਾਨੂੰ ਸੀਸ ਨਾਲੋ ਸੀਸ ਨਾਲੋ ਸਭ ਕੇ ਪਿਆਰਾ ਸੁਪਿਆ ਸਾਨੂੰ ਸੀਸ ਨਾਲੋ ਚੱਲ ਪੁੱਛ ਲੋ ਅਜੇ ਵੀ ਜਾ ਕੇ ਨਾ ਬੋਲੋ ਘਰ ਬੈਠ ਕੇ ਵਿਚਾਰਾ ਲਈ ਰਾਤ ਨੂੰ ਆਇਓ ਕਰਕੇ ਤਿਆਰੀ ਪਰ ਭਾਤ ਨੂੰ ਤੁਹਾਨੂੰ ਮੌਕਾ ਹੈ ਕਬੂਲ ਜਾ ਕੇ ਈਨ ਬੱਚੇ ਪਾਉ ਮੰਨਣਾ ਪਾਉ ਮੰਨਣਾ ਹਮਾਰਾ ਤੁਹਾਨੂੰ ਈਨ ਬੱਚੇ ਪਾਉ ਮੰਨਣਾ ਸਾਡਾ ਗੁਰੂ ਦਾ ਪਿਤਾ ਹੈ ਦਸ਼ਮੇਸ਼ ਸਾਨੂੰ ਕਰਿਆ ਜਿੰਨਾ ਦਾ ਉਪਦੇਸ਼ ਜੀ ਤੋਂ ਕੰਬਦੇ ਨੇ ਸੁਣ ਕੇ ਮਲੇਸ਼ ਸਾਡਾ ਇਹ ਮੇਰਾ ਗੂੰਜਦਾ ਜਕਾਲਾ ਸੁਪਿਆ ਸਾਨੂੰ ਸੀਸ ਨਾਲੋ ਸੀਸ ਨਾਲੋ ਸਿਰ ਕਾ ਪਿਆਰਾ ਸੁਪਿਆ ਸਾਨੂੰ ਸੀਸ ਨਾਲੋ ਸਾਹਿਬਜ਼ਾਦਿਆਂ ਨੇ ਭਰੀ ਕਚਹਿਰੀ 'ਚ ਖੜ ਕੇ ਇਹ ਗੱਲਾਂ ਕਹੀਆਂ ਨੇ।